ਇਸੇ ਦੇ ਵਿੱਚੋਂ ਮਿਲੀ ਹੋਈ ਹੈ। ਤਾਂ ਉਹ ਸਾਹਮਣੇ ਦੇਖਦੇ ਹਾਂ ਵੀ ਮਾਈਵਾਲ ਰਵਿੰਦਰ ਸਿੰਘ ਗੋਲੀ ਗਗੜੇ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਬੋਲੇ ਨੇ ਗਗੜੇ ਦੀ ਟੀਮ ਦੇ ਹਿੱਸੇ ਕਿੰਨਾ ਸਾਫੂ ਵਾਲੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੋਲੇ ਬੋਲੇ ਕੱਪ ਵਿਰੋਧੀਆਂ ਦੇ ਜਿਹੜੇ ਵਾਧੇ ਜਾ ਰਹੇ ਨੇ ਤੇ ਜਿੱਥੇ ਮਾਈਆ ਕੱਪ ਕਰਦਾ ਉੱਥੇ ਕੱਪ ਦਾ ਸਰੋਂ ਦਾ ਬੂਟਾ ਤੇ ਅੱਗ ਲਾਵਾਂ ਪਹਿਲਾਂ ਨੂੰ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾਂ ਪਹਿਲਾਂ ਨੂੰ ਔਰ ਜਿਹੜੇ ਚਾਰ ਜਾਤੀ ਹੁਣ ਕਹਿੰਦੇ ਵੀ ਦੋ ਨੰਬਰ ਦੇ ਗਗੜੇ ਵਾਲੇ ਸਰਤਾਜ ਦਾ ਪੁੱਤ ਹੈ ਜੱਸੂ ਨੇ ਵੀ ਕੋਸ਼ਿਸ਼ ਸੋਹਣੀ ਕੀਤੀ ਹੈ ਬਾਹਰ ਦੀ ਤਕੜਾ ਤੇਰੀ ਵਾਲੇ ਮੈਚ ਖੇਡ ਕੀਤੀ ਹੈ ਤਿਆਰੀ ਥੋੜੇ ਸਮੇਂ ਵਿੱਚ ਮੁੰਡਾ ਭਰ ਗਿਆ ਕਨੇਡਾ ਨੂੰ ਖਿਡਾਰੀ ਕਬੱਡੀ ਵਿੱਚ ਕਰਵਾਤ ਜੋਗੇ ਵਾਲੀਆਂ ਨੇ ਇਹਨੂੰ ਮੱਤ ਦੀ ਸਰਦਾਰੀ ਸਰਦਾਰੀ ਵੱਲ ਗਈ ਗਾਂਸ ਦੀ ਕੋਚ ਨੇ ਕਬੱਡੀ ਦਾ ਅਨਮੋਲ ਖਿਡਾਰੀ ਬਣ ਗਿਆ ਜੋਗੇ ਵਾਲੀਆਂ ਲਗਨ ਪਰਮਾਤਮਾ ਵੀ ਖੁਸ਼ ਹੁੰਦਾ ਹੈ ਜਿਹੜੇ ਮੁੰਡਾ ਕਬੱਡੀ ਪਾਉਂਦਾ ਨਸ਼ਿਆਂ ਤੋਂ ਗੁਹਾ ਦੂਰ ਹੈ ਸਭ ਸਾਂਝ ਜਾਂਦੀ ਹੈ ਜਾ ਸਕਦੀ ਹੈ ਜੋਗੇ ਵਾਲੀਆਂ ਗਰਮ ਲਈ ਗਾਂ ਬੱਲੇ ਬੱਲੇ ਕਬੱਡੀ ਦੀ ਪ੍ਰੀਤ ਹੁੰਦੀ ਹੈ ਪਰ ਜਾਣਿਆ ਮਾਨਾ ਹੋਏ ਸਿੱਖ ਦੀ ਸਿੱਖੀ ਬੜੀ ਪਿਆਰੀ ਸਰਲੱਖ ਦਾ ਨੱਥਿਆ ਦੇ ਸਿੱਖ ਦੀ ਕਾਇਮ ਰਹੇ ਸਰਦਾਰੀ ਉਸਦੇ ਬੰਨੇ ਅਮਰ ਸਿੰਘ ਦੀ ਸਾਫ ਦਾ ਸਰਪੰਚ ਨੇ ਗਗੜੇ ਪਿੰਡ ਦੇ ਜਿਸ ਪਿੰਡ ਦਾ ਇਹ ਗਬਰ ਉਹਨਾਂ ਦਾ ਸਮੁੰਦਰ ਹੈ ਨਾ ਜਾਣ ਗਬਰੂ ਜੱਸੂ ਗੰਡੇ ਦੀ ਧਰਤੀ ਦਾ ਜਫਾ ਨਹੀਂ ਕਰ ਸਕਿਆ ਆਓ ਦੇਖਦੇ ਵੀ ਜੱਸ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਿਵੇਂ ਪਹਿਲਾਂ ਕਹਿੰਦੇ ਵੀ ਓਬਰੀਅਨ ਦੇ ਬੂਟੇ ਨੇ ਦੱਸਿਆ ਸੀ ਪੰਜ ਸਾਲਾਂ ਦਾ ਵੀਜ਼ਾ ਲੱਗਿਆ ਸਪਾਈਵਰ ਖਿਡਾਰੀ ਦਾ ਜਦੋਂ ਮਰਜ਼ੀ ਆਵੇ ਤੇ ਜਦੋਂ ਮਰਜ਼ੀ ਜਾਵੇ ਕਹਿੰਦੇ ਵੀ ਫਤਿਹਗੜ੍ਹ ਦੇ ਕਾਕੇ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਜਿੱਥੇ ਬਾਹਰ ਦਾ ਯੂਨਾਈਟਡ ਕਬੱਡੀ ਕਲੱਬ ਦੀਆਂ ਗੱਲਾਂ ਹੁੰਦੀਆਂ ਨੇ ਸਾਡੇ ਬਾਹਰ ਸਨਮਾਨ ਬਖਸ਼ੇ ਜਾਂਦੇ ਨੇ ਪਲੇਅਰਾਂ ਨੂੰ ਤਾਂ ਸਾਹਮਣੇ ਦੇਖਦੇ ਵੀ ਸਾਫੂ ਵਾਲੇ ਪਿੰਡ ਦਾ ਬਹੁਤ ਕਰਦਾ ਹੋਇਆ ਤੇ ਦੂਜੇ ਪਾਸੇ ਕਹਿੰਦੇ ਵੀ ਗਾਲ ਜਿਹੜੀ ਅੱਧੀ ਗਾਲ ਹੈ ਜਿਵੇਂ ਪ੍ਰੋਫੈਸਰ ਮੱਕਰ ਸਿੰਘ ਜੀ ਕਹਿੰਦੇ ਉਹਨਾਂ ਦੀ ਜੋਰ ਦੀ ਸ਼ਰਮ ਹੁੰਦਾ ਹੈ ਆਪਣੀ ਕਹਾਣੀ ਰੱਖ ਜਾਂਦਾ ਤੇ ਗਾਜੀਆਂ ਦੇ ਕੰਨ ਦੇ ਵਿੱਚ ਐਡੀ ਗਾਲ ਸੀ ਕਿ ਚੌਂਦਾ ਵਿੱਚ ਖੁੱਟ ਕੱਢ ਕੇ ਹਾਥੀ ਨੂੰ ਲੰਮਾ ਪਾ ਸਕਦਾ ਸੀ ਤਾਂ ਉਹ ਦੇਖਦੇ ਵੀ ਸਾਫੂ ਵਾਲੇ ਪਿੰਡ ਦਾ ਹੁਣ ਕਿੱਦਾਂ ਕਬੱਡੀ ਪਾਉਣਾ ਹੋਇਆ ਖੇਡ ਮੈਦਾਨ ਦੇ ਵਿੱਚ ਚਾਰ ਟੌਪ ਦੇ ਪਲੇਅਰ ਹੈ ਟੌਪ ਦੇ ਪਲੇਅਰਾਂ ਦੇ ਨਾਲ ਲੈਸ ਟੀਮਾਂ ਦੇ ਗੋਡੇ ਹਲਕਾ ਫੁੱਲ ਵਰਗਾ ਟੱਚ ਗਾਲਬ ਪਿੰਡ ਦਾ ਪਹਿਲਾ ਫੈਸਲੇ ਦਿੱਤਾ ਹੋਇਆ ਵੀ ਇਹ ਪਿੰਡ ਸਾਫੂ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਾਲ ਦੀ ਤਕੜਾ ਫੜਾ ਰਹੀ ਹੈ ਭਾਵੇਂ 2011 ਦੇ ਭਾਵੇਂ 2012 ਦੋਹਾਂ ਸੀਜ਼ਨਾਂ ਦਾ ਕਹਿੰਦੇ ਵੀ ਉੱਤਮ ਧਾਵੀ ਡਿਕਲੇਅਰ ਕੀਤਾ ਗਿਆ ਕਹਿੰਦੇ ਵੀ ਜਸਵੰਤ ਸਿੰਘ ਫੌਜੀ ਦਾ ਪੁੱਤ ਗਰਮੀਆਂ ਦੇ ਸੀਜ਼ਨ ਵਿੱਚ ਬਹੁਤ ਵੱਡੇ ਮਾਰ ਦਿਲੇ ਤੇ ਮੈਚ ਸਮਾਪਤੀ ਵੱਲ ਹੈ ਤੇ ਮੈਚ ਦੀ ਜਿਹੜੀ ਜੇਤੂ ਟੀਮ ਹੈ ਉਹ ਭਾਰਤਪੁਰ ਗਗੜੇ ਦੀ ਜੇਤੂ ਹੈ ਰਾਣਾ ਕਲੱਬ ਦਾਦਰ ਦੇ ਲੋਕੋ ਯਾਦੀ ਨਾਲ ਗਰਾਊਂਡ ਵਿੱਚ ਐਂਟਰ ਹੋ ਜਾਵੇ ਭਾਰਤਪੁਰ ਗਗੜੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਦਾਦਰ ਪੁੱਜ ਗਿਆ ਜੀ ਲੋਕੋ ਦੀ ਟੀਮ ਆਵੇ ਬਾਬਾ ਗਣੇਸ਼ ਆ ਕਬੱਡੀ ਕਲੱਬ ਲੋਕੋ ਜੀ ਸੁਰ ਸਿੰਘ ਦੇ ਭਰਾ ਜੀ ਨਾਲ ਹੀ ਕਬੱਡੀ ਸੰਗਤ ਦੀਆਂ ਦੋਵੇਂ ਟੀਮਾਂ ਐਤਗੜ੍ਹ ਦੇ ਰਸੂਲਪੁਰ ਦੀ ਐਤਗੜ੍ਹ ਦੇ ਰਸੂਲਪੁਰ ਦੀਆਂ ਟੀਮਾਂ ਸੱਦਰ ਕਲੱਬ ਭਾਰਤੀਆਂ ਆਪਣੇ ਮੈਚਾਂ ਲਈ ਤਿਆਰ ਵਰ ਤਿਆਰ ਹੋ ਜਾਂਦੀ ਲੋਕੋ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ ਲੋਕੋ ਬਾਦ ਮਿਹਰਬਾਨੀ ਆ ਲੋਕੋ ਦੇ ਬਾਦ ਦੇ ਦਰਮਿਆਨ ਕਬੱਡੀ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਹੈਲੋ ਭਾਈ ਯਾਰ ਰਸੂਲ ਬੋਟ ਹੈ ਤਗੜੇ ਜੱਤ ਦੇ ਹੋਏ ਨੇ ਵਿਭਾਗ ਦਾ ਬੁਲਾ ਰਹੇ ਜੀ ਬੁਲਾ ਰਹੇ ਆ ਲੋਕੋ ਦੇ ਮੇਰੀ ਬੇਨਤੀ ਮੈਚ ਸ਼ੁਰੂ ਕਰਾ ਦਿਓ ਜੀ ਰਸੂਲਪੁਰ ਦੇ ਇੰਦਗੜ੍ਹ ਦੀ ਟੀਮ ਕੱਲ੍ਹ ਦੇ ਮੈਚ ਦੇ ਵਿੱਚ ਪੁੱਜ ਜਾਵੇ ਔਰ ਭੜਾਣਾ ਦੇ ਸੁਰ ਸਿੰਘ ਜੀ ਦੂਸਰੇ ਰਾਊਂਡ ਦਾ ਲਾਸਟ ਮੈਚ ਹੈ ਔਰ ਜਿਹੜੀ ਬਾਈ ਹੈ ਉਹ ਰਾਜਕੋਟ ਦੀ ਟੀਮ ਨੂੰ ਮਿਲੀ ਹੈ ਦੂਸਰੇ ਪੂਲ ਦੇ ਵਿੱਚ ਜਲਦੀ ਦਾ ਜਿਹੜੀ ਟੀਮ ਹੈ ਭੜਾਣਾ ਬਸ ਸੁਰ ਸਿੰਘ ਦੇ ਦਰਮਿਆਨ ਇਸ ਤੋਂ ਅਗਲਾ ਮੈਚ ਹੈ ਉਸ ਤੋਂ ਅਗਲਾ ਮੈਚ ਜਿਹੜਾ ਹੋਣਾ ਹੈ ਉਹ ਇੰਦਗੜ੍ਹ ਤੇ ਰਸੂਲਪੁਰ ਸੱਦਰ ਕਿਲੇ ਭਾਰਤ ਦਾ ਜੀ ਦੋਵੇਂ ਟੀਮਾਂ ਗਰਾਊਂਡ ਦੇ ਪੁੱਜਣ
ਸਾਡੇ ਸਾਥ ਦੇ ਅੱਠ ਪੰਜ ਜਿਹੜੇ ਖੇਡ ਬਲਾਕ ਦੇ ਟੀਮਾਂ ਦੇ ਹੈ ਦਾਦਰ ਪਿੰਡ ਦੀ ਟੀਮ ਜਿਹੜੀ ਹੋਈ ਹੈ ਸੜਕ ਵਾਲੀ ਸਾਈਡ ਔਰ ਲੋਕੋ ਦੀ ਜਿਹੜੀ ਟੀਮ ਹੈ ਉਹ ਬਿਲਕੁਲ ਹੈਗੀ ਹੈ ਭੱਠੇ ਵਾਲੀ ਸਾਈਡ ਪੁਰਾਣਾ ਦੇ ਸੋਸੇ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਪੁੱਜੀਆਂ ਹਨ ਅਗਲੇ ਮੈਚ ਲਈ ਪਹਿਲੀ ਜਿਹੜੀ ਕਬੱਡੀ ਹੈ ਲੋਕੋ ਦੀ ਹੈ ਪਹਿਲੀ ਜਿਹੜੀ ਕਬੱਡੀ ਲੋਕੋ ਦੀ ਖੇਡ ਮੈਦਾਨ ਵਿੱਚ ਅਮਨ ਲੋਕੋ ਦਾ ਪਿੰਡ ਹੈ ਬਾਕੀ ਲੋਕੋ ਦਾ ਪਿੰਡ ਹੈ ਇੱਕ ਬਣੇ ਮਾਣਾ ਬਹਾਦਰ ਦੀ ਧਰਤੀ ਦਾ ਨਾਲ ਜੈਸਾ ਦੇ ਨਾਲ ਜਿਹੜੀ ਸੰਢੋਰਾ ਬਾਦਲ ਦੀ ਧਰਤੀ ਤੇ ਨਾਲ ਜਿਹੜੀ ਵਰਿੰਦਰ ਹੈ ਮਾਲਤੀ ਦਾ ਖਿਡਾਰੀ ਹੈ ਗੋਪੀ ਫਰਦੀ ਕੁੜੀ ਨਾਲ ਖੇਡਿਆ ਨਾਜਵਨ ਪਿੱਠੋ ਵਾਲੇ ਸ਼ੀਰੇ ਨਾਲ ਐਸ ਹੋਰ ਕਬੱਡੀ ਕਲੱਬ ਲੱਭੀ ਮੈਂਟਲ ਦੀ ਟੀਮ ਖੇਡਿਆ ਪੰਜਾਬ ਜਿਹੜੇ ਵੀ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਉਸਦੇ ਬੰਨੇ ਗੋਪੀ ਦੇ ਰਾਣੇ ਹੋਰਾਂ ਨੇ ਬਹੁਤ ਵੱਡਾ ਮਾਣ ਦਿੱਤਾ ਹੈ ਮੇਰੇ ਜੀ ਨੂੰ ਸੁਣਾਇਆ ਬਲੈਰੋ ਗੱਡੀ ਦੇ ਮਾਨ ਸਨਮਾਨ ਆ ਵੀ ਲਾਉਗਾ ਦਾ ਰਾਮ ਕੇ ਪਿੰਡ ਦੀ ਧਰਤੀ ਦਾ ਪਿਆਰ ਕਬੱਡੀ ਮਾਦਾ ਹੋਇਆ ਇਹ ਵੀ ਕਨੇਡਾ ਦੀ ਧਰਤੀ ਦੇ ਕਹਿੰਦੇ ਵੀ ਵਧੀ ਕਬੱਡੀ ਖੇਡਾਇਆ 155 ਪਾਉਣ ਦੀ ਟੀਮ ਖੇਡਿਆ ਪਲੱਸ ਸਾਹਮਣੇ ਇਸ ਲਈ ਕਬੱਡੀ ਮਾਦਾ ਹੋਇਆ ਰਾਮ ਕੇ ਦੀ ਧਰਤੀ ਬਿਹਾਰ ਸੇ ਮੰਡੀ ਵਾਲਾ ਏਰੀਆ ਹੈ ਇਹ ਗਬਰੂ ਦਾ ਨਾਚ ਹੈ ਦੇਖੋ ਵੀ ਵੱਧ ਕਬੱਡੀ ਪਾਈ ਹੈ ਇੱਕ ਡੇਰਾ ਵਾਲੀ ਹੈ ਦੁਨੀਆ ਦਾ ਮਹਾਨ ਖਿਡਾਰੀ ਹੈ ਇੱਕ ਇਹ ਗਬਰੂ ਹੈ ਇੱਕ ਭਾਰਤੀ ਭਾਲੀ ਦਾ ਬਿਆਨ ਬੜਾ ਮਸ਼ਹੂਰ ਹੈ ਕਹਿਣ ਦੀ ਨਾ ਦੇਣਾ ਬਾਅਦ ਦੀ ਕਬੱਡੀ ਲਓ ਸਾਹਮਣੇ ਦੇਖਦੇ ਵੀ ਲਾਈਵਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਇੱਕ ਪਾਸੇ ਆ ਕਹਿੰਦੇ ਵੀ ਮਾੜਾ ਦੌਦਰ ਦੀ ਧਰਤੀ ਹੈ ਜਿਹਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ ਡੱਕ ਲੈਣ ਦੀ ਨਾਲ ਕਹਿੰਦੇ ਵੀ ਦੌਦਰ ਪਿੰਡ ਦਾ ਬਰਿੰਦਰ ਬੱਡੀ ਮੁਬਾਰਕਬਾਦ ਵੀ ਹੈ ਲਓ ਦੇਖਦੇ ਵੀ ਹੁਣ ਲਾਈਵਲ ਮਾੜਾ ਦੌਦਰ ਪਿੰਡ ਦਾ ਕਰਾਉਂਦਾ ਹੋਇਆ ਬੱਲੇ ਬੱਲੇ ਆਪਣੀ ਟੀਮ ਦੇ ਲਈ ਬੂਟਾ ਜਾਦਰ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਇੱਕ ਤਲਵਰ ਦੀ ਧਰਤੀ ਦਾ ਫੇਰ ਮੈਦਾਨ ਵਿੱਚ ਦੁਨੀਆ ਵਿੱਚ ਜਿਹੜੇ ਵੀ ਬੱਕਰੀ ਜਿੰਦੇ ਦਾ ਬਣਾ ਦਿੱਤਾ ਹੈ ਜਾਦਰ ਪਿੰਡ ਦਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਜਿਹੜੇ ਮੋਗੇ ਦਾ ਕਾਫੀ ਆਬਾਦੀ ਵਾਲਾ ਪਿੰਡ ਹੈ ਤੇ ਦੋ ਹੋਰੇ ਬੰਦੇ ਦੇਖਦੇ ਵੀ ਕਬੱਡੀ ਤੋਂ ਕੀ ਆ ਕੇ ਬਾਹਰ ਖਿਡਾਰੀ ਨੇ ਚੱਲ ਵੀ ਨਾ ਜਾਂਦਾ ਲੋਕੋ ਪਿੰਡ ਸੰਤ ਮਹਾਂਪੁਰਸ਼ਾਂ ਦੀ ਧਰਤੀ ਹੈ ਸੰਤ ਬਾਬਾ ਦਰਬਾਰਾ ਸਿੰਘ ਜੀ ਲਾਓ ਦੋ ਬੰਦੇ ਦੇਖਦੇ ਉਹਨਾਂ ਦੇ ਜਨ ਸ਼ੋਭਾ ਧਰਤੀ ਖੇਡ ਮੈਦਾਨ ਵਿੱਚ ਦੇਖਦੇ ਵੀ ਨਾਜਵਨ ਗੱਭਰੂ ਲੋਕੋ ਪਿੰਡ ਦੀ ਧਰਤੀ ਦਾ ਕਬੱਡੀ ਪਾਉਣਾ ਹੋਇਆ ਖੇਡ ਮੈਦਾਨ ਵਿੱਚ ਤੱਕੀਏ ਤੇ ਦੂਸਰੇ ਬੰਨੇ ਬਰਿੰਦਰ ਹੈ ਦਾਦਰ ਪਿੰਡ ਦੀ ਧਰਤੀ ਦਾ ਯਫਾ ਨਹੀਂ ਦੱਸ ਗਿਆ ਔਰ ਦੇਖਦੇ ਵੀ ਸਾਹਮਣੇ ਹੁਣ ਲਾਈਵਲ ਕਹਿੰਦੇ ਵੀ ਪਹਿਲੀ ਵਾਰ ਗੋਪੀ ਸਮਰੇ ਦੀ ਟੀਮ ਲਈ ਖੇਡਿਆ ਸੀ ਸ਼ਿਕੰਦਰ ਗਰੇਵਾਲ ਦੀ ਟੀਮ ਲਈ ਖੇਡਿਆ ਸੀ ਆਪਾਂ ਦੇਖਦੇ ਵੀ ਪਹਿਲਾਂ ਜੋਜ ਵੱਲੋਂ ਖੇਡਿਆ ਸੀ ਕਨੇਡਾ ਦੇ ਵੱਖ ਵੱਖ ਖੇਡ ਮੈਦਾਨਾਂ ਦੇ ਵਿੱਚ ਸਿੰਘ ਰਾਓ ਦੇ ਪਿੰਡ ਦਾ ਕਬੱਡੀ ਮਾਡਲ ਦੇ ਲਈ ਵਧਿਆ ਹੋਇਆ ਚਾਰ ਜਾਫੀ ਹੈ ਪਰ ਸਾਹਮਣੇ ਦੇਖਦੇ ਵੀ ਰਾਓ ਦੇ ਬਿਆਤ ਸਿੰਘ ਦੀ ਬਾਜ ਹੋਈ ਕਬੱਡੀ ਤੇ ਕਹਿੰਦਾ ਕਮਾਲ ਹੋ ਗਿਆ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਹੈ ਜਿਹੜੇ ਦਰਸ਼ਕ ਵੀਰ ਪਿੱਛੇ ਨੂੰ ਹਟਦੇ ਜਾ ਰਹੇ ਨੇ ਔਰ ਦੇਖਦੇ ਵੀ ਸਾਹਮਣੇ ਭੈਣੀ ਵਾਲੇ ਪਿੰਡ ਦਾ ਫੌਜੀ ਕੀ ਫੈਸਲੇ ਦੇ ਦੇਗਾ ਇਹ ਤਾਂ ਸਮੇਂ ਦੇ ਦੱਸੋ ਹੈ ਰਸੂਲਪੁਰ ਤੇ ਮੇਰੀ ਬੇਨਤੀ ਅੰਦਰ ਦੀ ਰਸੂਲਪੁਰ ਦੇ ਅੰਦਰ ਦੀ ਟੀਮ ਜਿਹੜੀ ਕਬੱਡੀ 70 ਕਿਲੋ ਭਾਰ ਦੀ ਹੈ ਦਾਦਰ ਪਿੰਡ ਹੈ ਦਰਿੰਦਰ ਨਾਮ ਹੈ ਇਸ ਖਿਡਾਰੀ ਆਪਣਾ ਬੇਨਤੀ ਦੇ ਬਰਸ ਕੀ ਮੇਰੀ ਮਾਰੀ ਹੈ ਚੱਲ ਵੀ ਕਰ ਗਿਆ ਨਾ ਖੇਡ ਮੈਦਾਨ ਵਿੱਚ ਬੂਟੇ ਦੀ ਪਾਈ ਹੋਈ ਕਬੱਡੀ ਮੇਰਾ ਸਰਨਾਮੀ ਇਸ ਦੀ ਕਬੱਡੀ ਪਾਉਂਦਾ ਹੋਇਆ ਤੇ ਨਾਲ ਭਰਾਣਾ ਪਿੰਡ ਪਾ ਚੁੱਕਾ ਜੀ
ਅਗਲੀਆਂ ਜੇਤੂ ਰੱਖ ਕੇ ਕਾਂਡਾਂ ਕੱਢੀਆਂ ਜਾ ਰਹੀਆਂ ਹੈ। ਸੱਤਰ ਦੀ ਟੀਮ ਗਰਾਊਂਡ ਵਿੱਚ ਚੱਲੂਗੀ ਬੇਟ ਮਾਤ ਵਿੱਚ ਜਲਦੀ ਨਾਲ। ਜਿੱਥੇ ਮੇਰੀ ਆਵਾਜ਼ ਨੂੰ ਫਾਈਨਲ ਲਾਈ ਦੀ ਟੀਮ ਸੁਣਦੀ ਹੈ, ਉੱਥੇ ਬੰਨੇ ਕੈਡਮੀ ਬੰਦੋਵਾਲ ਦੇ ਕਬੱਡੀ ਕੱਪ ਦੇ ਮੈਨੋ ਕਾਰ ਜੇਤੂ ਹੈ ਖਿਡਾਰੀ ਮਿਲਦੇ ਹੋ ਲੰਨੇ ਵਾਲਾ ਜਾਂਦਾ, ਉਸ ਵੀਰ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ। ਸਾਰੀ
ਸੁਰ ਸਿੰਘ ਪਿੰਡ ਹੈ ਤੇ ਬਿਲਾ ਗਾਲਬ ਦੀ ਧਰਤੀ ਦਾ ਫੈਸਲਾ ਕਰਦਾ ਹੈ ਪੁਆਇੰਟ ਪੜਾਣੇ ਦੀ ਟੀਮ ਦਾ ਬਾਪੂ ਪੜਾਣਾ ਬੜੀਆ ਵੀਰਾ ਖਿਡਾਰੀ ਹੈ ਪੂਰਾ ਜੋਰ ਦਿੱਤੇ ਆਹ ਸੁਣੇਗਾ
ਸ਼ਿੰਗਾਰ ਬਣਾ ਇਹ ਤਾਂ ਸਮੇਂ ਨੇ ਦੱਸਣਾ। ਇਹਦੇ ਨਾਲ ਹੀ ਮੈਚ ਸਮਾਪਤ ਹੈ। ਪੜਾੜੇ ਦੀ ਟੀਮ ਜਿੱਤ ਚੁੱਕੀ ਹੈ, ਇਸ ਮੈਚ ਦੇ ਵਿੱਚ ਪੜਾੜੇ ਦੀ ਟੀਮ ਜੇਤੂ ਹੈ। ਫਾਈਨਲ ਮੈਚ ਰਸੂਲਪੁਰ ਦੇ ਨਗਰ ਦੀ ਟੀਮ ਦੇ ਦਰਮਿਆਨ ਹੋਣ ਜਾ ਰਿਹਾ ਹੈ। ਠੀਕ ਹੈ ਬਾਈ, ਸਾਡੇ ਸਰਦਾਰ ਇਕਬਾਲ ਸਿੰਘ ਜੀ ਜਿਹਨਾਂ ਵੱਲੋਂ ਸੰਗਤ ਬੈਠਕ ਦੇ ਬੈਠਕ ਕਦਾਰੀ ਲਾਠੀਆਂ ਨੂੰ 2500 ਰੁਪਇਆ ਦਿੱਤਾ ਜਾਣਾ ਹੈ। ਸਾਡੇ ਰਾਤ ਦੇ 11 ਹੋਣਗੇ ਇਸ ਮੈਚ ਦੇ। ਖੇਡੇ ਜਾ ਰਹੇ ਹੈ, ਕਹਿਣ ਦਾ ਮਤਲਬ ਫੜ ਕੇ ਮੇਰਾ ਸਿੰਘ ਫਸਾਦੇ ਹੈ। ਹੁਣ ਦੇਖਣਾ ਵੀ ਵਡੇਰੇ ਖੜੇ ਨਿਕਲਣਾ ਦੌਲੇ ਵਾਲਾ ਬੀਜ ਰਾਏਪੁਰ ਰੱਜੀ ਵਾਲਾ ਬੀ ਤੇ ਖੋਸਾ ਕੋਟਲਾ ਬਾਬਾ ਕਰਮ ਸਿੰਘ ਕਬੱਡੀ ਕਲੱਬ ਇੱਕਗੜ੍ਹ ਤੇ ਭਾਗਪੁਰ ਗਗੜੇ ਦੇ ਖੇਡਣਾ। ਇੱਕ ਵਾਰੀ ਤਾੜੀ ਮਾਰੋ ਦਰਸ਼ਕੋ, ਜ਼ੋਰ ਨਾਲ ਭਾਗਪੁਰ ਗਗੜਾ ਦੇ ਇੱਕਗੜ੍ਹ ਦੇ ਸਿੰਘ ਫਸ ਗਏ ਹੈ। ਨਾਲ ਹੀ ਬਾਬਾ ਮੋਤੀ ਰਾਮ ਕਲੱਬ ਗਗੜਾ ਤੇ ਪੜਾੜਾ ਮਹਿਣਾ ਦੇ ਰਾਣਾ ਕਲੱਬ ਦੌਲਰ ਸੈਦੋਗੇ ਤੇ ਢਿੱਡਰ ਅਗਲੇ ਮੈਚ ਜਿਹੜੇ ਕਹਿੰਦੇ ਨੀ ਸਿੰਘ ਹੈ ਸਵਾਲ ਆ ਜਾਂਦਾ ਦਰਸ਼ਕੋ ਮੈਚ ਦੇਖਣ ਦਾ ਢਿੱਡਰ ਦੇ ਸਾਡੇ ਦੇ ਸਿੰਗਰੇ ਨੇ ਪਾਲਾ ਰੇਸ਼ਮ ਦਾ ਭੋਗ ਰੇਸ਼ਮ ਦਾ ਰਸੂਲਪੁਰ ਦੀ ਟੀਮ ਨੂੰ ਬੇਨਤੀ ਇੱਕ ਪਲੇਅਰ ਆ ਗਏ, ਕਿਰਪਾ ਕਰਕੇ ਰਸੂਲਪੁਰ ਦੀ ਟੀਮ ਦੇ ਪਲੇਅਰ ਇੱਕ ਪਲੇਅਰ ਆ ਜਾਂਦੇ ਰਸੂਲਪੁਰ ਦੀ ਟੀਮ ਦਾ। ਇੱਕ ਮਿੰਟ ਲਈ ਆਉਣਾ ਸੀ, ਇੱਕ ਮਿੰਟ ਲਈ ਰਸੂਲਪੁਰ ਦੀ ਟੀਮ ਦਾ ਪਲੇਅਰ ਧੰਨਵਾਦ ਕਰਦੇ ਹੈ। ਅੱਜ ਲੋਕਰ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ LED ਦਿੱਤੀਆਂ ਜਾ ਰਹੀਆਂ, ਪੱਟੀਆਂ LED ਦਿੱਤੀਆਂ ਜਾ ਰਹੀਆਂ। ਔਰ ਇਹਦੇ ਧਰਤੀ ਹੈ ਕੰਧਾਂ ਤੇ ਟਿੱਕੜੀ ਤਾਂ ਬਾਬਾ ਕੇਸ ਸਿੰਘ ਜੀ ਜਾਣਦੇ ਹੈ ਕੌਣ ਜਿੱਤ ਕੇ ਲਓ। ਅੱਜ ਜਲੇਬ ਦਾ ਕਬੱਡੀ ਕੰਮ ਜਿਹੜਾ ਸੋਹਣੇ ਲੱਗਾ ਸਾਹਮਣੇ ਚੜਕਦਾ ਹੈ। ਲਓ ਰਿਸ਼ਵ ਇੱਕਗੜ ਦੀ ਧਰਤੀ ਦਾ ਕਬੱਡੀ ਮੌਕੇ ਲਈ ਵਧਿਆ ਹੋਇਆ ਇੱਕ ਮੈਦਾਨ ਦੇ ਵਿੱਚ ਚਾਰ ਜਾਫੀ ਹੈ। ਇੱਕ ਪਾਸੇ ਰਸੂਲਪੁਰ ਪਿੰਡ ਲੁਧਿਆਣੇ ਦਾ ਏਰੀਆ ਤੇ ਦੂਜੇ ਪਾਸੇ ਗੋਡੇ ਕਿਲੇ ਨੂੰ ਬਲੌਕ ਕਰਦਾ ਹੋਇਆ ਪਿੰਡ ਇੱਕਗੜ ਹੈ।
ਚਾਲੋ ਲਾਈਏ ਦਾ ਮਾਂ ਕਬੱਡੀ ਦਾ ਰਸੂਲ ਮੁਰੀਆ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਫਿਰਕਾ ਵਾਧਾ ਨਹੀਂ ਕਰੀ ਜਾਂਦੇ ਤਾਰੇ ਤੋੜਨ ਦਾ, ਫਿਰਕਾ ਵਾਧਾ ਨਹੀਂ ਕਰੀ ਜਾਂਦੇ ਤਾਰੇ ਤੋੜਨ ਦਾ। ਤਾਂ ਰਸੂਲ ਮੁਰੀਆ ਕਹਿੰਦੇ ਵੀ ਅਗਲੀ ਕਬੱਡੀ ਪਾਉਣਾ ਹੋਇਆ ਲਾਈਏ ਉਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਪੁਆਇੰਟ ਰਸੂਲਪੁਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੇ ਰਾਜ ਦੀਆਂ ਟੀਮਾਂ ਵੀ ਤਿਆਰ ਹੋ ਜਾਣ, ਬਾਲੇ ਵਾਲਾ ਪੀਂਡ ਦੇ ਰਾਜਕੋਟ ਦੀ ਟੀਮਾਂ ਰਾਜਕੋਟ ਦੀਆਂ ਪੁੱਜੋ, ਬਹਿਣਾ ਪਊਗਾ, ਮੇਰੀ ਬੇਨਤੀ ਹੈ ਤੁਸੀਂ ਅਲੰਗਣਾ ਕਰ ਰਹੇ ਹੋ ਗਰਾਊਂਡ ਦੀ, ਜੇ ਤਾਂ ਤੁਸੀਂ ਵਿੱਚ ਪਹੁੰਚੀ ਬਹਿ ਜਾਓ ਤੁਸੀਂ ਬੈਂਕ ਕਾਲਜ ਚਲੇ ਜਾਓ। ਲਓ ਜਿਹੜੀ ਕਬੱਡੀ ਰਾਮ ਦੀ ਹੈ, ਇੱਕ ਬੰਨੇ ਰਸੂਲਪੁਰੀ ਆ ਕੱਦੂ ਕਹਿੰਦੇ ਨਾ ਜਵਾਨ ਕਬਰੋ ਨੂੰ, ਪਰ ਉਹਦੇ ਬੰਨੇ ਪਾਣ ਜਿਹੜਾ ਖੇਡ ਮੈਦਾਨ ਚ ਰਾਮ ਦਾ ਹੈ ਹੋਇਆ ਜਦ ਫਾਈਨਲ ਮੈਚ, ਉਹਦੇ ਬੰਨੇ ਹੱਥ ਵਿਖਾਏ ਰੇਸ਼ਮ ਨੇ, ਚੱਲ ਵੀ ਲੱਗ ਜਾਂਦਾ ਕਿੰਨੀ ਅਗਲੀ ਕਬੱਡੀ ਪਾਉਂਦਾ ਹੋਇਆ ਰਸੂਲਪੁਰੀ ਆ। ਨਾਲ ਹੀ ਕਹਿੰਦੇ ਵੀ ਬਾਰਸਰ ਵਾਲੇ ਮਹਾਂਪੁਰਸ਼ਾਂ ਦੇ ਬਾਰ ਸਨਮਾਨ ਹੋਏ ਆ, ਰੇਸ਼ਮ ਇਤਗੜ ਦੇ ਲਈ ਬਾਰ ਸਨਮਾਨ ਹੋਏ, ਨਾਲ ਸਾਡੇ ਭਵਿੰਦਰ ਸਿੰਘ ਜੀ ਸੁਲਾਣੀ ਮੋਛੀ ਸਾਹਿਬ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਰੇਸ਼ਮ ਨੂੰ ਮਾਨ ਸਨਮਾਨ ਦੇ ਰਹੇ ਨਾਨਕਸਰ ਵਾਲੇ ਮਹਾਂਪੁਰਸ਼ਾਂ ਨੇ। ਲਓ ਦੇਖਦੇ ਵੀ ਰੇਸ਼ਮ ਇਤਗੜ ਦੀ ਧਰਤੀ ਆ ਕਬੱਡੀ ਮਾਨਣ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ, ਕਿ ਫੋਟਾ ਵਾਧਾ ਨਹੀਂ ਕਰੀ ਜਾਂਦਾ ਤਾਰੇ ਤੋੜਨ ਦਾ, ਛਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਤੋੜਨ ਦਾ, ਬੰਦੇ ਜਿਹੜੇ ਥੱਕੇ ਜਿਹੜੇ ਪੈ ਜਾਣ ਤੰਗੇ ਭੱਜ ਭੱਜ ਮੜਦੇ ਅੰਦਰ ਨੂੰ, ਚਲੋ ਜੀ ਸਹੀ ਰੋਡ ਚੱਲੀਏ ਮੇਰੇ ਪੁੱਤ ਸ਼ਿਕੰਦਰ ਨੂੰ, ਚਲੋ ਜੀ ਸਹੀ ਰੋਡ ਚੱਲੀਏ ਮੇਰੇ ਪੁੱਤ ਸ਼ਿਕੰਦਰ ਨੂੰ, ਇੱਥੇ ਦੇ ਲੱਖਾਂ ਆ ਕੇ ਤੁਰ ਗਏ ਸਿੰਘਾ ਰੋਮਣ ਕਿਹੜੇ ਸ਼ਿਕੰਦਰ ਨੂੰ, ਇੱਥੇ ਦੇ ਆ ਕੇ ਲੱਖਾਂ ਤੁਰ ਗਏ ਸਿੰਘਾ ਰੋਮਣ ਕਿਹੜੇ ਸ਼ਿਕੰਦਰ ਨੂੰ। ਰਸੂਲਪੁਰੀਆ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇੱਕ ਪਾਸੇ ਜੱਗਾ ਦੇ ਦੂਜੇ ਪਾਸੇ ਕਹਿੰਦੇ ਵੀ ਰੇਸ਼ਮ ਹੈ ਇੰਦਗੜ ਦੀ ਧਰਤੀ ਆ, ਕਬੱਡੀ ਵੀ ਸਿਰੇ ਦੀ ਪਾਉਂਦਾ ਤੇ ਜਾਫੇ ਵੀ ਕਹਿੰਦੇ ਸਿਰੇ ਦੇ ਲਾਉਂਦਾ ਲੋ ਸਾਹਮਣੇ। ਹੁਣ ਦੇਖਦੇ ਵੀ ਇੰਦਗੜ ਵਾਲੇ ਨੇ ਫੜਿਆ ਹੋਇਆ ਖੋਟੇ ਤੇ ਬਾਹ ਘੁੱਟ ਕੇ ਫੜ ਲਵੇ, ਸੋਹਣਿਆ ਸਾਡੀ ਨਜ਼ਰ ਨਿਹਾਰੀ, ਮੈਂ ਸੁਣਿਆ ਵੇਲੇ ਵਿੱਚ ਵਿਛੜ ਕੇ ਕਈ ਰੂਹਾਂ ਦੇ ਹਾਲੀ, ਮੈਂ ਸੁਣਿਆ ਵੇਲੇ ਵਿੱਚ ਵਿਛੜ ਕੇ ਕਈ ਰੂਹਾਂ ਦੇ ਹਾਲੀ, ਪੜਕਾਰ ਪੈ ਗਿਆ ਤੇ ਪੁਆਇੰਟ ਤੇਰਾ ਰਸੂਲਪੁਰ ਦੀ ਟੀਮ ਦੇ ਉਸੇ ਜੁੜਦਾ ਹੋਇਆ। ਬਹੁਤ ਹੀ ਤਕੜੀ ਕੋਠੀ ਹੈ, ਹਰ ਉਸ ਦੇ ਬੰਨੇ ਵੀਹ ਪੈਂਟ ਕਰੀਆ, ਜਿਸ ਰਾਜਾਂ ਦੀ ਕਿਸਮਤ ਹਾਰ ਦੇ ਚੁੱਕੀ ਹੈ ਤੇ ਪਾਣ ਪਾਲਦਾ ਹੈ, ਚੱਲ ਵੀ ਨਾ ਜਾਂਦਾ ਰਾਮ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ, ਰਾਰੇ ਤੇ ਰਸੂਲਪੁਰ, ਰਾਰੇ ਉੱਤੇ ਰਾਮ ਹੈ, ਤੁਹਾਡੀ ਕਸੂਲਪੁਰੀ ਅਕੋਡਿੰਗ ਵੀ ਖਾਰ ਹੈ। ਉਹਨਾਂ ਦੇ ਬੰਨੇ ਬਹੁਤ ਹੀ ਕਰਨਾ ਮੈਚ ਕਬੱਡੀ ਦਾ ਜ਼ਿਆਦਾ ਹੋਣਾ, ਜੋ ਸੀ ਸੀਰਾ ਲੁਹਾਰੇ ਦੀ ਧਰਤੀ ਦਾ ਪਿਆਰ ਕਰੇ ਸਕਦੇ ਤੇ ਪਾਣ ਜਿਹੜਾ ਕੱਦੂ ਨੇ ਜਿਹੜਾ ਬਹੁਤ ਹੀ ਕਰਨਾ ਜੱਫਾ ਲਾਇਆ ਖੇਡ ਮੈਦਾਨ ਵਿੱਚ, ਇਹ ਬਦਲੀਏ ਇੱਕ ਬੰਨੇ ਰਾਮ ਨੂੰ ਲੱਗਾ ਹੋਇਆ ਜੱਫਾ। ਆਓ ਦੇਖੋ ਜੀ ਅਗਲੀ ਕਬੱਡੀ ਪਾਉਣ ਦੇ ਲਈ ਸੁਰ ਰਸੂਲਪੁਰ ਪਿੰਡ ਦਾ, ਕਹਿੰਦੇ ਜੀ ਚਾਰ ਦਾਸੀਆਂ ਤੋਂ ਤਿੰਨ ਹੋ ਗਏ ਹੈ ਔਰ ਤਿੰਨਾਂ ਨੇ ਦੋ ਕਬੱਡੀ ਪੂਰੀ ਬਣਾਈ ਹੋਈ ਹੈ, ਕਿਹੜੇ ਕੋਸ਼ ਬੜੀ ਸੋਹਣੀ ਕੀਤੀ ਹੈ, ਪਰ ਸਾਹਮਣੇ ਦੇਖਦੇ ਹੈ ਜਵਾਬੀ ਢਾਲੀਆ ਸ਼ਰੀਕਾ ਦੇ ਮੋਹ ਦੇ ਵਿੱਚ ਹਰ ਕੋਈ ਜਿਹੜਾ ਰੇਤਰ ਦੇ ਹਿੱਸੇ ਜੁੜਦਾ ਹੋਇਆ ਰੇਸ਼ਮ ਕਬੱਡੀਆਂ, ਕਹਿੰਦੇ ਜੀ ਜਿਹੜਾ ਰੇਸ਼ਮ ਨੂੰ ਜੱਫਾ ਲਾਊ ਤੇ ਭਾਈ ਲੁਹਾਰੇ ਵਾਲਾ ਸ਼ੀਰਾ ਕਹਿੰਦਾ 100 ਰੁਪਈਆ ਦੇ ਦਾ ਆਪਾਂ, ਜਿਹੜਾ ਲੁਹਾਰੇ ਵਾਲੇ ਲੁਹਾਰੇ ਵਾਲਾ ਸ਼ੀਰਾ ਕਹਿੰਦਾ ਰੇਸ਼ਮ ਨੂੰ ਜੱਫਾ ਲਾਊ 100 ਰੁਪਈਆ ਦਿੱਤਾ ਜਾਣਾ। ਔਰ ਉਹਦੇ ਬੰਨੇ ਬਹੁਤ ਹੀ ਵੱਡੇ ਮਾਨ ਹੈ ਸਾਡਾ ਵੀਰ ਭਾਈ ਸ਼ੀਰਾ ਜੀ, ਨਾ ਸਾਡੇ ਵੀਰ ਗੋਪੀ ਜੀ ਜ਼ਿੰਦਗੀ ਦੇ ਰਾਜ ਸਰਕਾਰ ਜੀ ਉਹਦੇ ਤੋਂ ਵੀ 100 ਰੁਪਈਏ ਦੇ ਬਹੁਤ ਵੱਡੇ ਮਾਨ ਸਨਮਾਨ ਤੇ ਦਾਨਵਰ ਕਦਰੋਂ। ਇਹਦੇ ਬੰਨੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਵਿੱਚ ਪਾਲ ਹੈ, ਬਾਹਰ ਆ ਜਾਂਦਾ ਇੱਕ ਕਹਿੰਦੇ ਵੀ ਪਾਲਾ ਜਵਾਬ ਕਰੀ ਹੈ, ਨਾ ਸਾਡੇ ਸਰਕਾਰ ਦੇ ਉਹਨੇ ਸਰਕਾਰ ਨਿਰਮਲ ਸਿੰਘ ਜੀ ਕਲੇਸ ਸਾਹਿਬ ਵਿਸ਼ੇ ਤੌਰ ਤੇ ਬਦਲ ਮੈਦਾਨ ਹੋ ਚੁੱਕੇ ਹੈ, ਬਹੁਤ ਮਿਹਰਬਾਨੀ ਹੈ। ਪਾਣ
ਔਰ ਸਾਹਮਣੇ ਦੇਖਦੇ ਵੀ ਰਾਮ ਕੋਲ ਸੁਖੀਏ ਬਾਬਾ ਦਾ ਜੀਵਨ ਕਰਦਾ ਕੋਸ਼ਿਸ਼ ਚੱਕ ਲੈਣ ਦੀ ਉਹ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੈਨੋ ਦਾ ਜੀਵਨ ਨਹੀਂ ਹਿੱਸਾ ਲਓ ਅਗਲੀ ਕੱਢੀ ਹੁਣ ਦੇਖਦੇ ਹਾਂ ਵੀ ਰਸੂਲਪੁਰੀਆ ਦਾ ਜੀਵਨ ਵਧਿਆ ਹੋਇਆ ਚਾਰ ਜਾਫੀ ਕਹਿੰਦੇ ਵੀ ਕਿੰਡਗੜ੍ਹ ਦੀ ਧਰਤੀ ਦੇ ਹੈ ਔਰ ਚਾਰੇ ਜਾਫੀ ਜਿਹੜੇ ਟੌਪ ਦੇ ਹੈ ਟੌਪ ਦੇ ਪਿਹਰਾਂ ਜਿਹੜੇ ਲੈ ਸਕੀਮਾਂ ਦੇ ਨਾਲ ਹੀ ਸਾਡੇ ਕੌਰ ਸਿੰਘ ਜੀ ਸੇਖੋ ਸਾਹਿਬ ਬੜਾ ਮਾਰ ਸਵਾਰ ਭੇਜ ਗਿਆ ਇਸ ਜਾਤੀ ਦੇ ਲਈ ਬਾਲ ਸਵਾਲ ਹੋ ਰਿਹਾ ਰੇਡਰ ਦਾ ਸਾਡੇ ਵਿੱਚ ਸ਼ੀਏ ਵੱਲੋਂ 100 ਰੁਪਈਆ ਸਿਲੰਡਰ ਦੇ ਲਈ ਤੇ 100 ਰੁਪਈਆ ਭਾਈ ਪੱਬੇ ਵੱਲੋਂ ਇਸ ਰੇਡਰ ਦੇ ਲਈ ਉਧਰ ਦੇ ਵੀ ਗੱਲ ਹਾਰਾ ਸਵਾਲ ਨਿਰਮਲ ਸਿੰਘ ਜੀ ਕਲੇਰ ਸਾਹਿਬ ਪੁੱਜੇ ਨੇ ਇੱਕ ਦੋ ਤੇ ਤਿੰਨ ਦਾ ਮਾਰਚ ਹੈ ਉਹ ਖੁਸ਼ ਸੋਲੇ ਦੀ ਧਰਤੀ ਸੱਤ ਬਾਬਾ ਫਤਿਹ ਸਿੰਘ ਜੀ ਦੇ ਕਲਿਆਣ ਭਾਈ ਇੱਕ ਵਧੀਆ ਕੰਮ ਕਰਵਾਇਆ ਜਾਵੇਗਾ ਸਨਮਾਨ ਹੋਣਗੇ ਔਰ ਉਹਦੇ ਬੰਦੇ ਚੱਲ ਵੀ ਲੱਗ ਜਾਂਦਾ ਬਾਲ ਦੀ ਤਗੜੀ ਕਬੱਡੀ ਜਿਹੜੀ ਪਾਲ ਦੀ ਹੈ ਪਾਲਾ ਕਹਿੰਦੇ ਆ ਲੋਕੀ ਸਨਮਾਨ ਔਰ ਖਿਡਾਰੀ ਨੂੰ ਰਸੂਲ ਕ੍ਰਿਕਟ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ ਤਹਿਸੀਲ ਜਗਰਾਓ ਜ਼ਿਲ੍ਹਾ ਲੋਹਾਰਾ ਇਸ ਰਾਜਾ ਦਾ ਤੇ ਦੂਸਰੇ ਬੰਦੇ ਮਨਦੀਪ ਕ੍ਰਿਕਟ ਦੀ ਧਰਤੀ ਦਾ ਖੇਡ ਵੀ ਗਰਾਂਡਾ ਵਿੱਚ ਬਹੁਤ ਤਗੜਾ ਜਿਹੜਾ ਜਾਫਾ ਹੈ ਸਾਡੇ ਵੱਲ ਸਤਿਕਾਰਯੋਗ ਤੇ ਮਨਦੀਪ ਨੇ ਲਾਇਆ ਜੀ ਸਾਡਾ ਗੋਤੀ ਵੀਰ ਤੇ ਨਾਲ ਸਾਡਾ ਸਰਦਾਰ ਜੋ ਜਿੰਦਗੀ ਦਾ ਖੀਰਾ ਵੀਰ ਲੋਹਾਰੇ ਵਾਲਾ ਵਿਖੇ ਕਰਦੇ ਸਾਡੇ ਬੜੇ ਵੀਰ ਪੁੱਜੇ ਹੋਏ ਨੇ 500 ਰੁਪਏ ਦੇ ਆਦਰ ਸਤਿਕਾਰ ਭੇਜਦੇ ਨੇ 500 ਰੁਪਇਆ ਨਿਰਮਲ ਸਿੰਘ ਜੀ ਕਲੇਰ ਸਾਹਿਬ ਉਹ ਭੇਜਦੇ ਨੇ ਇਸ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਾਹਮਣੇ ਦੇਖਦੇ ਵੀ ਹੁਣ ਰਾਮ ਦਾ ਜੀਵਨ ਕਿੰਨਗੜ੍ਹ ਦੀ ਧਰਤੀ ਦਾ ਕਬੱਡੀ ਟੂਰਨਾਮੈਂਟ ਖੇਡ ਮੈਦਾਨ ਦੇ ਵਿੱਚ ਲਓ ਕਹਿੰਦੇ ਵੀ ਬੋਤੇ ਪੱਤਾਂ ਨੂੰ ਖੁੱਦ ਵੱਜ ਗਈਆਂ ਪਗਲਾਂ ਭਰ ਲਈਆਂ ਜਵਾਨੀ ਢਾ ਲਈਆਂ ਸ਼ਰੀਕਾਂ ਨੇ ਵਿਹੜੇ ਦੇ ਵਿੱਚ ਲਓ ਲੱਗਾ ਹੋਇਆ ਜ਼ੋਰ ਚੁੱਟੀ ਅਸੀਂ ਦਾ ਕੌਂਟੀ ਨੂੰ ਹੀਰਾ ਬਣ ਕੇ ਜਿਹਨੂੰ ਲੱਗ ਕੇ ਇਸ਼ਕ ਕਬੱਡੀ ਦਾ ਕੌਂਟੀ ਨੂੰ ਹੀਰਾ ਬਣ ਕੇ ਜਿਹਨੂੰ ਲੱਗ ਕੇ ਇਸ਼ਕ ਕਬੱਡੀ ਦਾ ਇਸ ਜਾਫੀ ਦੇ ਲਈ ਵੱਡੇ ਮਾਰ ਸਨਮਾਨ ਸਾਡਾ ਵੀ ਸ਼ੀਰਾ ਲੋਹਾਰੇ ਵਾਲਾ ਉਹਦੇ ਵੱਲੋਂ ਇਸ ਜਾਫੀ ਦੇ ਲਈ ਵੱਡੇ ਮਾਰ ਸਨਮਾਨ ਭੁੱਜੇ ਨੇ ਇਸ ਜਾਫੀ ਦੇ ਲਈ ਭਾਈ ਸ਼ੀਰਾ ਲੋਹਾਰੇ ਵਾਲਾ ਉਹਦੇ ਵੱਲੋਂ ਲਓ ਦੇਖੋ ਵੀ ਲਾਈਓ ਰਸੂਲਪੁਰ ਪਿੰਡ ਵਾਲਾ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਔਰ ਇਸ ਮੈਚ ਤੋਂ ਬਾਅਦ ਮੇਰਾ ਵੀ ਜੋਰਾ ਜੀ ਜੋਰਾ ਟੀਮਾਂ ਜੀ ਨਾਲ ਸਾਡਾ ਵੀਰ ਕਹਿੰਦੇ ਜਸੀਰ ਸੀਰਾ ਦੇ ਨਾਲ ਸਾਡਾ ਵੀਰ ਗੋਪੀ ਤੇ ਜਸਵਿੰਦਰ ਭੱਲਾ ਜੀ ਉਹਨਾਂ ਵੱਲੋਂ ਜਿਹੜਾ ਕਲਰ ਟੀਵੀ ਹੈ ਉਹ ਖੋਸੇ ਖੋਸੇ ਬਰੀਕ ਨੂੰ ਦਿੱਤਾ ਜਾਵੇਗਾ ਕੱਲ ਵੀ ਲੱਗ ਜਾਂਦਾ ਮੋਟਰਸਾਈਕਲ ਖਰੀਦਾਂ ਜਦੋਂ ਜਿੰਨੀਆਂ ਖਿਡਾਰੀ ਨੇ ਖੇਡ ਮੈਦਾਨ ਵਿੱਚ ਇਸ ਗੱਲ ਨੂੰ ਵੀ 500 ਰੁਪਇਆ ਸਾਡੇ ਵੀਰ ਕਹਿੰਦੇ ਜਿਹੜੀ ਇਸ ਟੀਮ ਦੇ ਵਿੱਚ ਲੱਗਾ ਹੈ ਸਾਡਾ ਵੀਰ ਸ਼ੇਰਾ ਲਹਾਰਾ ਜੀ ਵਿਸ਼ੇਸ਼ ਤੌਰ ਤੇ ਬੋਲੇ ਹੋਏ ਨੇ ਬਾਕੀ 100 ਰੁਪਈਆ ਦਿੱਤਾ ਜਾਵੇਗਾ ਕਿੰਨਗੜ੍ਹ ਦੇ ਰੇਸ਼ਮ ਨੂੰ ਜੱਫਾ ਲਾਵੇਗਾ ਸਾਡੇ ਵੀਰ ਲੋਹਾਰੇ ਵਾਲੇ ਸ਼ੀਰੇ ਵੱਲੋਂ ਆਪਾਂ ਧੰਨਵਾਦ ਕਰਦੇ ਹਾਂ ਸਾਰਾ ਟੱਬਰ ਹੀ ਪੈ ਗਿਆ ਮਾਰ ਲਈ ਤੇ ਭਾਈ ਜੀ ਦੇ ਬਹਿ ਡਿੱਗੀ ਦਾਲੇ ਵਾਲਾ ਪਿੰਡ ਦੇ ਰਾਜਗੜ੍ਹ ਦੀਆਂ ਟੀਮਾਂ ਦੇ ਦਰਮਿਆਨ ਮੈਚ ਹੋਣਾ ਹੈ ਉਹ ਟੀਮਾਂ ਦੇ ਨਾਮ ਵਿੱਚ ਬੁੱਧੀਆਂ ਰਾਜੀ ਵਾਲਾ ਵੀਰ ਦੇ ਖੋਸਾ ਟੋਲਾ ਜੀ ਅਗਲੀ ਕਬੱਡੀ ਰਾਮ ਦੀ ਹੈ ਔਰ ਰਾਮ ਸਾਹਮਣੇ ਕਬੱਡੀ ਪਾਉਂਦਾ ਹੋਇਆ 12 ਤਰੀਕ ਨੂੰ ਅਕੈਡਮੀਆਂ ਦੇ ਮੁਕਾਬਲੇ ਲੋਹਾਰੇ ਦੀ ਧਰਤੀ ਤੇ ਹੋਣੇ ਹੈ ਔਰ 1,75,000 11 ਤਰੀਕ ਨੂੰ ਪਿੰਡ ਬਦੋਲਪੁਰ ਦੇ 2 ਖਿਡਾਰੀ ਬਾਅਦ ਦੇ ਖੇਡ ਕੇ ਨਵੇਂ ਗਾਇਕ ਲਾਣੇ ਰਾਮ ਨੇ ਆਪਣੀ ਟੀਮ ਨੂੰ ਸੁਧਾਰਿਆ ਅਗਲੀ ਕਬੱਡੀ ਜਿੱਤੀ ਦੀ ਖੇਡ ਮੈਦਾਨ ਵਿੱਚ ਲਓ ਦੇਖਦੇ ਵੀ ਰਸੂਲਪੁਰ ਵਾਲਾ ਰਾਜੀ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਤੇ ਖੇਡਣੀ ਹੋਵੇ ਕਬੱਡੀ ਖੁੱਦ
ਬਹਿਰ ਹੀ ਨਹੀਂ ਪਾਈਦਾ, ਉਹ ਬਾਅਦ ਵਿੱਚ ਛੱਡਣਾ ਪੈਂਦਾ, ਕਹਿੰਦੇ ਠੇਕ ਨਹੀਂ ਜਾਈਦਾ, ਤੇ ਬਾਅਦ ਵਿੱਚ ਸਹਿਣੇ ਪੈਂਦੀ ਧੁੱਪ ਦੀ ਮਾਰ ਦਿੱਤੇ। ਬੜਾ ਸੌਖਾ ਨਹੀਂ ਕਬੱਡੀ ਦਾ ਸੁਧਾਰ ਦਿੱਤੇ, ਬੜਾ ਸੌਖਾ ਨਹੀਂ ਕਬੱਡੀ ਦਾ ਸੁਧਾਰ ਦਿੱਤੇ। ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ, ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ। ਜਿੱਤੀ ਟੀਮ ਨੂੰ 100 ਰੁਪਇਆ ਬਾਈ ਲੁਹਾਰੇ ਵਾਲੇ ਸ਼ੀਰੇ ਵੱਲੋਂ ਆਪਣਾ ਧੰਨਵਾਦ ਕਰਦੇ ਹਾਂ। ਰਸੂਲਪੁਰ ਦੀ ਟੀਮ ਲਾਸਟ, ਐਤਗੜ ਦੀ ਟੀਮ ਸੈਕਿੰਡ, ਅੱਜ ਸ਼ੀਰੇ ਦੇ ਵੱਲੋਂ 100 ਰੁਪਇਆ ਕੱਦੂ ਦੀ ਕਬੱਡੀ। ਅੱਜ ਦੇ ਇਸ ਕਬੱਡੀ ਦਾ ਆਪਣਾ ਬੈਸਟ ਰੇਟ ਦਾ ਸੈਕਟਰ ਦੇ ਵਿਭਾਗ ਦਾ ਉਹ ਹੈ ਜੀ ਐਤਗੜ ਦਾ ਰੇਸ਼ਮ ਜੀ, ਔਰ ਜਿਹਨੇ 5 ਕਬੱਡੀਆਂ ਪਾਈਆਂ, 5 ਜਿਹੜੇ ਪੁਆਇੰਟ ਪ੍ਰਾਪਤ ਕੀਤੇ ਹੈ, ਤੇ ਕੱਦੂ ਮੇਰਾ ਵੀਰ ਹੈ ਜਿਹਨੇ 4 ਵਾਰ ਕੋਸ਼ਿਸ਼ ਕੀਤੀ ਹੈ, ਤੇ 2 ਜਿਹੜੇ ਜੱਫੇ ਲਾਏ ਹੈ, ਉਹ ਇਸ ਕਬੱਡੀ ਦਾ ਆਪਣਾ ਸਤਰ ਵੱਲੋਂ ਭਾਗ ਦਾ ਬੈਠ ਯਾਤਰੀ ਹੈ। ਤੇ ਕਲਗੜੀਆ ਰੇਸ਼ਮ ਜਿਹੜਾ ਇਸ ਕਬੱਡੀ ਟੂਰਨਾਮੈਂਟ ਦਾ ਬੈਸਟ ਜਿਹੜਾ ਤਾਰੀ ਡਿਕਲੇਅਰ ਕੀਤਾ ਗਿਆ ਹੈ, ਦੋਵਾਂ ਟੀਮਾਂ ਨੂੰ ਮੁਬਾਰਕਬਾਦ ਹੈ। ਅਗਲਾ ਮੈਚ ਦੌਲੇ ਵਾਲਾ ਵੀਰ ਦੇ ਰਾਜਕੋਟ ਜੀ, ਦੌਲੇ ਵਾਲਾ ਲਾਲ ਜੀ, ਇਹ ਫਾਈਨਲ ਮੈਚ ਦੇ ਪੁਆਇੰਟ ਨੇ, ਰਸੂਲਪੁਰ ਦੇ ਪੁਆਇੰਟ 11, ਐਤਗੜ ਦੇ ਪੁਆਇੰਟ ਨੇ 9.5 ਲਾਲ ਜੀ। ਇਸ ਮੈਚ ਦੀ ਜਿਹੜੀ ਅੱਜ ਦੀ ਫਾਸਟ ਟੀਮ ਹੈ ਰਸੂਲਪੁਰ ਸਾਹਿਬ ਜੀ ਦੀ ਟੀਮਾਂ ਨਾਲ ਹੀ ਬਾਬਾ ਹਰਨੇਕ ਸਿੰਘ ਜੀ ਨਾਨਸਰ ਵਾਲੇ, ਉਹਨਾਂ ਵੱਲੋਂ ਇਹਦੇ ਵਾਰੀ ਇਹ ਰੇਸ਼ਮ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ। ਨਾਲ ਪਰਮਿੰਦਰ ਸਿੰਘ ਜੀ ਮੋਛੀ, ਉਹਨਾਂ ਨੂੰ ਵੀ ਸਨਮਾਨ ਹੋ ਰਹੇ ਹੈ ਵਿਸ਼ੇ ਕਰਦੇ ਸਾਡੇ ਦਰਮਿਆਨ ਬੋਲੇ ਬੋਲੇ ਪਰਮਿੰਦਰ ਸਿੰਘ ਜੀ ਮੋਛੀ ਰਸੂਲਪੁਰ ਐਤਗੜ ਵਾਲੇ ਦਾ ਨਾਮ ਲੈ ਰਿਹਾ ਸਟੇਜ ਤੋਂ। ਬਾਬਾ ਹਰਦੇਵ ਸਿੰਘ ਜੀ ਨਾਨਸਰ ਵਾਲੇ, ਉਹਨਾਂ ਵੱਲੋਂ ਇੱਕ ਵਾਰੀ ਕੋਈ ਸਨਮਾਨ ਕੀਤਾ ਜਾ ਰਿਹਾ, ਬੋਲ ਰਹੀ ਸੋ ਨਿਹਾਲ। ਅਗਲਾ ਸਨਮਾਨ ਜਿਹੜਾ ਪਰਮਿੰਦਰ ਸਿੰਘ ਜੀ ਮੁਨਸ਼ੀ ਹੈ ਪੰਜਾਬ ਪੁਲਿਸ ਦੇ, ਉਹਨਾਂ ਦਾ ਸਨਮਾਨ ਹੋ ਰਿਹਾ, ਨਾਲ ਹੀ ਸ੍ਰੀ ਲੋਹਾਰਾ ਜੀ ਗੋਗੀ ਜੀ, ਜ਼ਿਲ੍ਹਾ ਗਾਲਬ ਜੀ, ਸ੍ਰੀ ਦਾਤਾ ਜੀ, ਨਾਲ ਇਕਬਾਲ ਬੰਦੋ ਜੀ, ਇੱਕ ਵਾਰ ਟੀਵੀ ਲਿਆਓ ਜੀ ਗੋਗੀ ਜੀ, ਟੀਵੀ ਜਿਹੜਾ ਠੀਕ ਹੋ ਸਕੇ ਉਹਨੂੰ ਦਿੱਤਾ ਜਾਣਾ ਹੈ। ਜੋਰਾਂ ਦੀ ਕਿਰਪਾ ਕਰਕੇ ਸਟੇਜ ਦੇ ਜਿਹੜਾ ਜਿਹਾ ਗਰਾਊਂਡ ਦੇ ਵਿੱਚ ਇਹ ਤੁਸੀਂ ਡਿਸੀਜਨ ਲੈ ਲਓ, ਗਾਲੇ ਵਾਲਾ ਬੀ ਤੇ ਮੈਚ ਜਿਹੜਾ ਹੋਇਆ ਹੈ ਰਾਜਕੋਟ ਦਾ ਜੀ। ਸਟੇਜ ਤੇ ਬੈਠੇ ਜੀ ਸੱਤਾ ਜੀ, ਉੱਥੇ ਲੈ ਜਾਓ ਜੀ, ਥੋੜੀ ਸੱਟ ਲੱਗੀ ਹੈ ਵੀਰ ਦੀ, ਪੱਤੀ ਉੱਥੇ ਲੈ ਜਾਓ ਕਿਰਪਾ ਕਰਕੇ। ਠੀਕ ਹੈ ਜੀ, ਬਹੁਤ ਮਿਹਰਬਾਨੀ ਹੈ ਲਾਲ ਜੀ, ਇਸ ਨੂੰ ਬਣੇ ਮੋਸੀ ਦਾ ਹਰੇ ਰਕਮ ਜੀ ਭਾਈ ਬਿੰਦੂ ਸਟੇਜ ਤੇ ਹੀ ਆ। ਆਪਾਂ ਬੇਨਤੀ ਕਰਦੇ ਹਾਂ ਸਾਡਾ ਵੀਰ ਜਗਤਾਰ ਗਰਗਰ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੇ ਬਾਦਸ਼ਾਹ ਦੇ
ਉੱਪਰ ਕਾਮਰਾ ਕਿਰਪਾ ਕਰਕੇ ਜਿਹੜੇ ਰਾਈਟ ਹੈਂਡ ਆ ਉਹ ਲਾਭ ਉਹ ਕਿਰਪਾ ਕਰਕੇ ਬੇਨਤੀ ਹੈ ਕਿਉਂਕਿ ਹੁਣ ਮੀਂਹ ਜਿਹੜੀ ਕਿਰਪਾ ਮਹਾਂਪੁਰਸ਼ਾਂ ਦੀ ਹੋ ਗਈ ਬਾਬਾ ਖੇਡ ਸਿੰਘ ਦੀ ਕਿਰਪਾ ਹੋ ਗਈ ਹੈ ਰਾਏ ਕੋਟ ਦੀ ਧਰਤੀ ਦਾ ਬੱਲੇ ਬੱਲੇ ਹੋ ਗਿਆ ਸਾਹਿਬ ਨੂੰ ਬਾਈ ਪਰਮਿੰਦਰ 100 ਰੁਪਈਆ
ਉਧਰਲੇ ਬੰਨੇ ਪਰਮਿੰਦਰ ਸਿੰਘ ਜੀ ਜੋ ਐਸੇ ਬਹੁਤ ਵੱਡਾ ਮਾਣ ਭੋਗਦੇ ਨੇ, ਕੱਲ ਵੀ ਨੌਜਵਾਨਾਂ ਲੱਖਾਂ ਪ੍ਰਧਾਨ ਰੱਜੀ ਵਾਲੀਆਂ ਪੁੱਜਿਆ ਹੋਇਆ, ਜਿਹਨਾਂ ਦੀ ਟੀਮ ਦੇ ਟਾਪਰ ਖਿਡਾਰੀ ਨੇ, ਰੱਜੀ ਵਾਲੀਆਂ ਵੀ ਧੂੜਾ ਭਰਦੇ ਫਿਰਦੇ ਨੇ, ਬਲਵਿੰਦਰ ਸਿੰਘ ਜੀ ਕਨੇਡਾ ਤੋਂ ਸ਼ੇਅਰ ਕਰਦੇ ਪੁੱਜ ਗਏ ਇੰਡੀਆ ਦੀ ਧਰਤੀ ਤੇ, ਨੌਜਵਾਨ ਕਬਰੋ ਤੇ ਖੇਡ ਮੈਦਾਨ ਵਿੱਚ ਗੁੰਦੇ ਹੋਏ ਸਰੀਰ ਲਾਸ਼ਾਸ਼ ਕਰਦੀਆਂ ਜਵਾਨੀਆਂ, ਪਹਿਲਾਂ ਲੱਦੀ ਲੱਗਾ ਹੁਣ ਪੱਟ ਭਰਿਆ ਕੁੰਜ ਭਰੀ ਹੈ, ਇਹ ਪੁਆਇੰਟ ਦੱਸਵੀਂ ਦਾ ਜਿਹੜਾ ਮਨੀ ਧੂੜ ਵਾਲਾ ਕਹਿੰਦਾ ਵੀ ਪੁਆਇੰਟ ਜਿਹੜਾ ਬਾਲੇ ਵਾਲੀ ਦੀ ਟੀਮ ਦੇ ਹਿੱਸੇ ਹੈ, ਮੇਰਾ ਨਾਂ ਲਿਖਿਆ ਮੇਰੇ ਪਰਸਨ ਤੇ ਡਰਿਆ ਨਹੀਂ ਜਾਂਦਾ ਲੋਕਾਂ ਤੋਂ ਇਹੋ ਜਿਹੇ ਮੁਕਾਬਲੇ ਆਪਾਂ ਖੋਸੇ ਗੋਮੇ ਦੀ ਧਰਤੀ ਤੇ 3 ਮਾਰਚ ਨੂੰ ਦੇਖਾਂਗੇ, ਨਿਰਮਲ ਸਿੰਘ ਜੀ ਕਰੋਲ ਜਿਹੜੇ ਪਿਆਰ ਭਰੇ ਸਮੇਂ ਲੈ ਕੇ ਪੁੱਜੇ ਹੋਏ ਨੇ ਆਪਣੇ ਮਿੱਤਰਾਂ ਦੇ ਨਾਲ, ਕਬੱਡੀ ਕਾਲੂ ਦੀ ਇਹ ਵੀ ਇਲਾਕੇ ਦੀ ਟੀਮ ਦਾ ਬਹੁਤ ਤਕੜਾ ਧਾਰੀ ਹੈ, ਸੰਤ ਬਾਬਾ ਕੇ ਐਸ ਜੀ ਕਬੱਡੀ ਕਲੱਬ ਰੱਜੀ ਵਾਲ ਦੀ ਟੀਮ ਦਾ ਬਹੁਤ ਹੀ ਤਕੜਾ ਖਿਡਾਰੀ ਹੈ ਕਾਲੂ, ਇਸ ਸਮੇਂ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਤੇ ਇਕਬਾਲ ਬਦੋ ਕੇ ਪਿੰਡ ਵਾਲਾ ਆਪਣੇ ਸਮੇਂ ਦਾ ਬਹੁਤ ਤਕੜਾ ਖਿਡਾਰੀ ਹੈ, ਮੈਚ ਸਮਾਪਤੀ ਵੱਲ ਹੈ ਔਰ ਨਾਲ ਹੀ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਵੀ ਸਿਕਿਉਰਿਟੀ ਵਾਲੇ ਵੀਰ ਜਿਹੜੇ ਐਂਟਰੀ ਗੇਟ ਆ ਜਾਲ ਦੇ ਉੱਤੇ ਖੜ੍ਹ ਕੇ ਕਿਰਪਾ ਕਰਕੇ ਸਟੇਜ ਦੇ ਲਾਗੇ, ਸਾਡੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਵੀ ਜਿਹੜੇ ਸਿਕਿਉਰਿਟੀ ਵਾਲੇ ਵੀਰ ਹੈ ਉਹ ਗੇਟ ਦੇ ਲਾਗੇ ਖੜ੍ਹ ਜਾਵੇ ਕਿਰਪਾ ਕਰਕੇ ਜਿੱਥੋਂ ਦੀ। ਹੈਲੋ, ਉਹ ਆਦਾ ਯਾਰ ਸਾਡੇ ਸਾਰਾ ਕੁਝ ਮੂਹਰੇ ਹੋ ਗਿਆ, ਸਾਡੇ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਕਿ ਮੂਹਰੋਂ ਸਟੇਜ ਖਾਲੀ ਕਰਾਓ। ਮੈਚ ਰਾਜੀ ਵਾਲਾ ਤੇ ਖੋਸੇ ਗੋਡਲੇ ਦਾ ਹੈ, ਪਤਾ ਨੀ ਕੀ ਮਹਾਰਾਜ ਦੀ ਮਰਜ਼ੀ ਹੈ ਯਾਰ, ਪਹਿਲਾਂ ਜਨੇਰ ਮੈਂ ਆਇਆ ਖੋਸੇ ਗੋਡਲੇ ਦਾ ਮੈਚ, ਹੁਣ ਰੱਜੀ ਵਾਲੇ ਨਾਲ ਖੇਡਦੇ, ਟੌਲੇ ਵਾਲਾ ਦੀ ਟੀਮ ਜਿੱਤ ਚੁੱਕੀ ਹੈ, ਨੋਟ ਕਰ ਲਓ ਜੀ, ਟੌਲੇ ਵਾਲੇ ਦੀ ਟੀਮ ਜਿੱਤ ਚੁੱਕੀ ਹੈ, 12:30 ਦਾ ਮੈਚ ਖੇਡਿਆ ਜਾਣਾ ਹੈ। ਅਗਲਾ ਮੈਚ ਜਿਹੜਾ ਹੋਣਾ ਹੈ ਉਹ 12:30 ਤੇ 13 ਪੁਆਇੰਟਾਂ ਦਾ ਹੋਣਾ ਜੀ ਅਗਲਾ ਮੈਚ। ਹੁਣ ਤੋਂ ਜਿਹੜੇ ਮੈਚ ਹੈ ਪੁਆਇੰਟ ਆ ਜੀ ਨੋਟ ਕਰ ਲਓ ਰੱਜੀ ਵਾਲੀਓ, ਕਮੇਟੀ ਦਾ ਫੈਸਲਾ ਵੀ 12:30 ਤੇ 13 ਪੁਆਇੰਟ ਆ ਜੀ ਹੁਣ ਤੋਂ ਲਾਗੂ ਹੈ, ਇਹ ਟੀਮਾਂ ਨੋਟ ਕਰਨ ਦੀ ਨੋਟ ਕਰਨੀ, ਹੁਣ ਤੋਂ ਜਿਹੜਾ ਲਾਗੂ ਹੈ ਸਮਾਂ 12:30 ਤੇ 13 ਪੁਆਇੰਟਾਂ ਦਾ ਜੀ, ਕਿਰਪਾ ਕਰਕੇ ਮੈਚ ਸ਼ੁਰੂ ਕਰਾ ਦਿਓ ਜੀ ਜਲਦੀ ਨਾਲ, ਕਮੇਟੀ ਨੇ ਜਿਹੜਾ ਫੈਸਲਾ ਲੈਣਾ ਹੁਣ ਲੈ ਲਓ ਜੀ ਸਿੱਧੂ ਸਾਹਿਬ, ਬਾਅਦ ਜੋ ਮੈਚ ਸ਼ੁਰੂ ਹੋ ਜਾਂਦਾ। ਸਾਡੇ ਸਤਿਕਾਰਯੋਗ ਨੇ ਯਗਰਾਜ ਸਿੰਘ ਜੀ ਪੱਪੀ ਬਹੁਤ ਵੱਡੇ ਆਦਰ ਸਤਿਕਾਰ, ਸਾਬਾ ਸਾਹਿਬ ਸਿੰਘ ਜੀ ਕਨੇਡਾ ਉਹਨਾਂ ਦੇ ਵੀਰ ਪੁੱਜੇ ਹੋਏ ਹੈ, ਮਨਜਿੰਦਰ ਧਾਲੀਵਾਲ ਜੀ ਉਹਨਾਂ ਵੱਲੋਂ 500-500 ਰੁਪਇਆ ਉਹਨਾਂ ਤੋਂ ਖੁਸ਼ ਹੋ ਕੇ ਪੁੱਜੇ ਹੈ। ਹੈਲੋ, ਕਾਲੀ ਦੀਮਾ ਸਟੇਜ ਤੇ ਆਵੇ, ਹਾਂ ਮੈਂ ਤਾਂ
ਔਰ ਨਾਲ ਹੀ
ਸਾਡੇ ਵੀਰ ਸਾਬਾ ਕਿਲੇ ਦਾ ਜਗਰਾਜ ਪੱਪੀ ਦੇ ਬਲਜਿੰਦਰ ਧਾਲੀਵਾਲ ਉਹਨਾਂ ਵੱਲੋਂ ਵੱਡੇ ਮਾਣ ਸਨਮਾਨ ਦਿੱਤੇ ਜਾ ਰਹੇ ਜੇ ਨੌਜਵਾਨ ਦਾ ਜੱਫਾ ਲੱਗਦਾ ਤੇ ਪੁਆਇੰਟ ਰੇਟਰ ਦੇ ਉਸੇ ਜੁੜਦਾ ਹੋਇਆ ਲਓ ਜੀਵਨ ਮਾੜੂ ਤੇ ਗਿਲਾ ਪਾਉਂਦਾ ਇੱਕ ਕਬੱਡੀ ਕਾਰ ਸ਼ੇਰ ਜਿੱਡਾ ਦਿਲ ਬਈ ਪਿੰਡੇ ਮੁੰਡੇ ਦਾ ਯਾਰੋ ਮਾੜੂ ਕੇ ਗਿਲ ਬਈ ਪਿੰਡੇ ਮੁੰਡੇ ਦਾ ਯਾਰੋ ਮਾੜੂ ਕੇ ਗਿਲ ਬਈ ਉੱਥੇ ਦੀ ਸਭ ਡਿਵੀਜ਼ਨ ਮੰਡੀ ਦੇ ਹਾਲ ਸਿੰਘ ਬਾਬਾ ਦੇ ਲਾਗੇ ਕਹਿੰਦਾ ਵੀ ਮਾੜੂ ਕੇ ਗਿਲ ਪਿੰਡ ਇਸ ਨੌਜਵਾਨ ਖਿਡਾਰੀ ਦਾ ਲਓ ਸਾਹਮਣੇ ਕੱਦੂ ਰਸੂਲ ਕੁੜੀਆ ਔਰ ਪੁਆਇੰਟ ਜਿਹੜਾ ਜੀਵਨ ਆਪਣੀ ਟੀਮ ਲਈ ਜੋੜਦਾ ਇਸ ਨੌਜਵਾਨ ਖਿਡਾਰੀ ਦੇ ਲਈ ਵੀ ਵੱਡੇ ਬਾਹਰ ਸਨਮਾਨ ਪੁੱਜੇ ਸਾਡੇ ਵੀਰਾਂ ਹਾਲ ਆਹ 100 ਰੁਪਇਆ ਖੋਸਾਲੇ ਨਰਭੈ ਨੂੰ ਪਰਮਿੰਦਰ ਸਿੰਘ ਗਿੱਲ ਲੋ ਔਰ ਨਾਲ ਹੀ ਜਿਹੜਾ ਅਗਲਾ ਮੈਚ ਦਰਸ਼ਕੀ ਹੋਣਾ ਹੈ ਅਹਿਮਗੜ੍ਹ ਦੇ ਧਾਕਪੁਰ ਗਗੜੇ ਦਾ ਬਹੁਤ ਹੀ ਤਕੜਾ ਮੈਚ ਦੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਰੀਸਾ ਕਮਾਲ ਦੀ ਖੇਡ ਹੈ ਗੁੰਡਾ ਖੇਡੇ ਗੋਲੇ ਦੀ ਧਰਤੀ ਦਾ ਆਓ ਧੂੜਾ ਵੱਟ ਗਿਆ ਧੂੜਾ ਵੱਟੀ ਜਾਂਦੇ ਹੈ ਗੋਡੇ ਲਈ ਸਾਰ ਪਿਆ ਜਗਰਾਜ ਸਿੰਘ ਜੀ ਪੱਪੀ ਸਦਾ ਕਨੇਡਾ ਤੇ ਸਾਡੇ ਬਲਜਿੰਦਰ ਧਾਲੀਵਾਲ ਜੀ ਬਹੁਤ ਵੱਡੇ ਮਾਨ ਸਨਮਾਨ ਭੇਜਦੇ ਹੈ ਚੱਲ ਵੀ ਨੌਜਵਾਨ ਦਾ ਭਾਗਲੀ ਕਬੱਡੀ ਟਿੱਕਾ ਰੱਜੀ ਵਾਲੀਆ ਇਹ ਵੀ ਆਜ਼ਾਦ ਕਬੱਡੀ ਕਲੱਬ ਅਡਵੈਂਟੋ ਦੀ ਟੀਮ ਦਾ ਸਰਮਾਰ ਧਾਵੀ ਹੈ ਜਿਹੜਾ ਹੁਣ ਕਬੱਡੀ ਪਾਉਂਦਾ ਹੋਇਆ ਨਿੱਕਾ ਨੌਜਵਾਨ ਪੱਪੀ ਦਾ ਪਿੰਡ ਹੈ ਨਾ ਸਾਬੇ ਦਾ ਪਿੰਡ ਹੈ ਆਪਣੀ ਗੁਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਹਰ ਜਾਣੇ ਮਾਨਾ ਉਹ ਪੰਜਾਬ ਜਾਂਦਾ ਖੇਡਦਾ ਪੱਪੀ ਰੱਜੀ ਵਾਲੀਆ ਬਹੁਤ ਮਾਨ ਭੇਜਦਾ ਨਿੱਕੇ ਰੱਜੀ ਵਾਲੀ 100 ਰੁਪਏ ਦੇ ਨਾ ਸਾਡੇ ਆਹ 100 ਰੁਪਈਆ ਮਾਸਟਰ ਇਕਬਾਲ ਸਿੰਘ ਨਿੱਕੂ ਨੂੰ ਦਿੰਦੇ ਆ ਤੇ ਇੱਕ ਸਾਡੇ ਜਨੇਰ ਦੀ ਟੀਮ 70 ਕਿਲੋ ਉਹਨੂੰ ਸਪੋਂਸਰ ਕੀਤਾ ਜਗਦੇਵ ਸਿੰਘ ਕਨੇਡਾ ਉਹ ਆਪਣੇ ਆ ਕੇ ਇੱਥੋਂ 21,000 ਰੁਪਈਆ ਲੈ ਜਾ ਸਾਡੇ ਕੋਲ ਸਟੇਜ ਸਾਹਮਣੇ ਦੇਖਦੇ ਵੀ ਹੁਣ ਜੀਵਨ ਮਾੜੂ ਕੇ ਕਿਲਾ ਵਾਲਾ ਕਬੱਡੀ ਪਾਉਂਦਾ ਜਗਰਾਜ ਪੱਪੀ ਤੇ ਸਾਦਾ ਕਨੇਡਾ ਬਲਜਿੰਦਰ ਧਾਲੀਵਾਲ ਕਹਿੰਦੇ ਵੱਡੇ ਮਾਨ ਸਨਮਾਨ ਦੇ ਰਹੇ ਹੈ ਜੇ ਜੀਵਨ ਸਾਹਿਬ ਵਾਪਸ ਮੁੜਦਾ ਨੌਜਵਾਨ ਤਾਂ ਰਸੂਲ ਪੁਰੀਆ ਨੌਜਵਾਨ ਫਾਪਾ ਗੁੱਟ ਛੜਾਇਆ ਗੁੱਟ ਤੇ ਪੁਆਇੰਟ ਜਿਹੜਾ ਰੇਕਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੱਜੀ ਵਾਲੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਹਿਲਾਂ ਵੱਡ ਵੜੇ ਨਾਲ ਕਬੱਡੀ ਖੇਡੀ ਹੈ ਜਿੱਧਰ ਗੋਡੇ ਨੇ ਮੇਲਾ ਲੁੱਟਿਆ ਜਗਰਾਜ ਪੱਪੀ ਨੇ ਬੱਲੇ ਬੱਲੇ ਕਰਵਾਈ ਸ਼ਿਕੰਦਰ ਤਕੜਾ ਖੇਡਿਆ ਭਿੱਦਾ ਜਨੇਰ ਵਾਲਾ ਤਕੜਾ ਖੇਡਿਆ ਪਿੰਦਰ ਤਕੜਾ ਖੇਡਿਆ ਆਪਣੇ ਸਮੇਂ ਦੇ ਵਿੱਚ ਤਾਂ ਉਸੇ ਨਗਰ ਦੀ ਇਹ ਟੀਮ ਸੋਡਾ ਘਰ ਲਗਾਉਣ ਵਾਲਾ ਨੌਜਵਾਨ ਪੂਰੇ ਹੋ ਕੇ ਜੱਫਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਾਫੀ ਦੇ ਲਈ ਜੁਗਰਾਜ ਪਾਪੀ ਵੱਲੋਂ ਪੁੱਜਾ ਆਪਾਂ ਧੰਨਵਾਦ ਕਰਦੇ ਨਾਲ ਸਾਡਾ ਵੀ ਪਾਪਾ ਕਹਿੰਦਾ ਵੀ ਪਾਪਾ ਤੇ ਚੈਰਾ ਜਿੰਨੇ ਜੱਫੇ ਲਾਉਣਗੇ ਉਹਦੇ 100-100 ਰੁਪਈਏ ਦੇਣੇ ਆ ਅੱਜ ਬੱਲੇ ਬੱਲੇ ਆ ਖੇਡ ਬਲਾਡ ਦੇ ਵਿੱਚ ਵੱਡੀ ਬਿਮਾਰ ਕਮਾਲ ਹੈ ਸਾਡੇ ਵੀਰ ਗੋਪੀ ਹੋਣਿਆਂ ਨੂੰ ਬਾਈ ਅਵਤਾਰ ਹੋਣਿਆਂ ਨੂੰ ਪੰਮੇ ਹੋਣੀ ਸਾਰੀ ਭੱਲੇ ਹੋਣੀ ਨਾਲ ਜੀਵਨ ਜੀਵਨ ਦੀ ਕਬੱਡੀ ਤੇ 100 ਰੁਪਇਆ ਲੱਗ ਚੁੱਕਾ ਹੈ ਆਗਲੇ ਬੰਨੇ ਦੇਖਦੇ ਵੀ ਕਿਧਰੇ ਬੰਨੇ ਸੀਰਾ ਲੁਹਾਰੇ ਵਾਲਾ ਕਹਿੰਦਾ ਵੀ ਜਿਹੜਾ ਖਿਡਾਰੀ ਜੀਵਨ ਤੋਂ ਜੱਫਾ ਲਾ ਦੇਵੇ ਤੇ 100 ਰੁਪਇਆ ਦਿੱਤਾ ਜਾਵੇਗਾ ਔਰ ਸ਼ੀਰਾ ਦੇ ਗੋਪੀ ਦੇ ਪਾਪਾ 500 ਰੁਪਇਆ ਲੱਗਾ ਜੀ ਜੀਵਨ ਸਿੰਘ ਬੜੀ ਡੁੱਕਰ ਇਹਨਾਂ ਭਰਾਵਾਂ ਦੇ ਵੱਲੋਂ ਲਓ ਸਾਹਮਣੇ ਕਬੱਡੀ ਗੋਡੇ ਦੀ ਹੈ ਖੇਡ ਮੈਦਾਨ ਵਿੱਚ 1,000 ਰੁਪਇਆ ਸ਼ੀਰਾ ਜੀ ਆਖਦੇ ਹੈ ਉਧਰਲੇ ਬੰਨੇ ਹੋ ਜਾਂਦਾ ਖੂਨ ਪਸੀਨਾ ਇੱਕ ਇੱਥੇ ਜਦੋਂ ਭਿਰਦਾ ਧਾਵੀ ਦੇ ਨਾਲ ਜਾਂਦੀ ਔਰ ਤਾੜੀ ਦਰਸ਼ਕਾਂ ਦੀ ਸੁਣੇ ਨਾ ਇੰਨੀ ਸੌਖੀ ਤਾਕਤ ਗਿੱਟਿਆ ਫਿਰ ਤੱਕ ਜਾਏ ਨਾ ਪੀ ਇੰਨੇ ਸੌਖੇ ਲਈ ਬੜੇ ਸਨਮਾਨ ਮਿਲਦੇ ਹੈਲੋ ਮਾਂ ਪਰਿਵਾਰ ਦੇ ਅੱਗੇ ਜਾਏ ਛੱਡੀ ਹੈਲੋ ਆ ਜਿਹੜੇ ਸਾਡੇ 70 ਕਿਲੋ ਦੇ ਬੈਸਟ ਲੀਡਰ ਦੇ ਬੈਸਟ ਜਾਫੀ ਸੀਗਾ ਰੇਸ਼ਮ ਐਤਗਰ ਅੰਮਾ ਜਿੱਥੇ ਵੀ ਜੱਫੇ ਲਾਓ ਭਾਈ ਪਿੱਟੂ ਵੱਲੋਂ ਉਹਨੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਸਾਹਮਣੇ ਰੱਜੀਆਂ
ਆ ਕੱਦੂ ਮੇਰਾ ਵੀਰ ਲੈ ਲਵੇ ਜੀ 1000 ਰੁਪਇਆ ਕੱਦੂ ਉਹ ਸੂਰ ਪਰ ਜਾ ਗਿਆ ਹੈਲੋ ਆ ਯਾਰ 70 ਕਿਲੋ ਵਾਲੇ ਬੈਟਰੇਟਰ ਦੇ ਬੈਟ ਜਾਪੀ ਸਾਡੇ ਕੋਲੇ ਹੁਣ 70 ਕਿਲੋ ਵਾਲੇ ਰੱਜੀ ਵਾਲੀ ਦੀ ਟੀਮ ਨੂੰ ਬੇਨਤੀ ਆਪਣੇ ਆਪਣੇ ਪੈਸੇ ਲੈ ਜਾਣ ਰੱਜੀ ਵਾਲੀ ਦੀ ਟੀਮ ਨੂੰ ਬੇਨਤੀ ਆ ਰੱਜੀ ਵਾਲੀ ਦੀ ਟੀਮ ਦੇ ਪੈਸੇ ਆ ਗੋਪੀ ਢੋਲੇ ਵਾਲਾ ਵੀ ਇੱਥੇ ਆਵੇ ਉਹਨਾਂ ਨੇ ਜਨੇਵ ਦੀ ਟੀਮ ਨੇ ਉਹਨੂੰ ਸਨਮਾਨਿਤ ਕਰਨਾ ਗੋਪੀ ਢੋਲੇ ਵਾਲਾ ਨਾਲ ਹੀ 6 ਦੇ 6 ਰੈਫਰੀ ਵਿੱਚੇ ਰਹਿਣ ਕਿਰਪਾ ਕਰਕੇ ਇਹ ਬੇਨਤੀ ਹੈ 6 ਦੇ 6 ਰੈਫਰੀ ਵਿੱਚੇ ਰਹਿਣ ਕਿਰਪਾ ਕਰਕੇ ਸਾਡੇ ਬਹੁਤ ਸਤਿਕਾਰਯੋਗ ਨੇ ਬਲਵਿੰਦਰ ਸਿੰਘ ਜੀ ਮੋਟਾ ਰੱਜੀ ਵਾਲਾ ਕਹਿੰਦੇ ਵੀ 500 ਰੁਪਏ ਭੇਜ ਰਿਹਾ ਵੱਡਾ ਮਾਨ ਮੋੜਾ ਨੂੰ ਖੁਸ਼ ਹੋਵੇ ਬਹੁਤ ਵੱਡਾ ਧੰਨਵਾਦ ਹੈ ਔਰ ਮੈਚ ਜਿਹੜਾ ਸ਼ੁਰੂ ਹੋਵੇਗਾ ਆਹ ਮੈਚ ਦਾ ਚੀਰੋ ਜੇ ਤੁਹਾਨੂੰ ਪਤਾ ਸੋਚ ਮਾਰ ਵੀ ਵਧੀਆ ਲੱਗਣਾ ਇੱਕ ਵਾਰੀ ਜੋਰ ਦਾ ਤਾੜੀ ਮਾਰ ਕੇ ਮੈਚ ਨੂੰ ਗਾਵਾਂਗੇ ਭਾਰਤਪੁਰ ਗੱਡਾ ਤੇ ਹਿੰਦਗੜ ਦੀਆਂ ਟੀਮਾਂ ਦੇ ਦਰਮਿਆਨ ਹੈਲੋ 70 ਕਿਲੋ ਵਾਲਿਆਂ ਦੀ ਬਸ ਸਾਡੇ ਕੋਲ ਹੁਣ ਬੈਕ ਟ੍ਰੇਨਰ ਬੈਠ ਗਿਆ ਸੀ ਉਹ ਵੀ ਹੁਣ ਹੈਲੋ ਇੱਕ ਖਿਡਾਰੀ ਦੀਆਂ ਵਾਸਤੇ ਸੂਚਨਾ ਜੇ ਸਾਡੇ ਰੈਫਰੀ ਨੂੰ ਕਿਸੇ ਨੇ ਗਲਤ ਬੋਲਿਆ ਜਾਂ ਉਹਦੇ ਨਾਲ ਕੋਈ ਬਦਸਲੂਕੀ ਕੀਤੀ ਉਹ ਟੀਮ ਕੱਢ ਦੇਣੀ ਅਸੀਂ ਇਹ ਧਿਆਨ ਨਾਲ ਸੁਣ ਲੈਣ ਸਾਰੇ ਖਿਡਾਰੀ ਔਰ ਬਾਲ ਦੀ ਬਾ ਪਿਆਰਾ ਸਾਉਂਡ ਜਗਤਾਰ ਸਾਉਂਡ ਜੀ ਦਾ ਸਾਡੇ ਜਗਤਾਰ ਵੀਰ ਉਹਨਾਂ ਦਾ ਸਾਉਂਡ ਹੈ ਕਿਰਪਾ ਕਰਕੇ ਜਗਤਾਰ ਜੀ ਜਿਹੜੀ ਸਾਹਮਣੇ ਜੇਬੀਸੀ ਮਸ਼ੀਨ ਖੜੀ ਹੈ ਉਹ ਲੈਟ ਬੰਦ ਕਰ ਦਿੱਤੀ ਜਾਵੇ ਕਿਉਂਕਿ ਜਿਹੜਾ ਕੈਮਰਾ ਚੱਲਦਾ ਨੈਟ ਦਾ ਫਿਰ ਉਹਦੀ ਪ੍ਰੋਬਲਮ ਆ ਰਹੀ ਹੈ ਔਰ ਨਾਲ ਹੀ ਅਸੀਂ ਧੰਨਵਾਦ ਕਰਦੇ ਸਾਡਾ ਵੀਰ ਰੂਤਾ ਜਿਹੜਾ ਸੁਬਾਹ ਤੋਂ ਪਾਣੀ ਪਿਲਾ ਰਿਹਾ ਗਰਾਊਂਡ ਦੇ ਵਿੱਚ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਬਹੁਤ ਹੀ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਜ਼ਿਲ੍ਹੇ ਮੋਗੇ ਦੀਆਂ ਦੋਵੇਂ ਜਿਹੜੀਆਂ ਮੰਨੀਆਂ ਮਰਵੰਨੀਆਂ ਟੀਮਾਂ ਹੈ ਕਬੱਡੀ ਜੰਗ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਔਰ ਕਬੱਡੀ ਦੇ ਵਿੱਚ ਹੈਲੋ ਆਹ ਬਲਜੀਤ ਸੈਦੋਵਾਲ ਆ ਉਹ ਵੀ ਸਾਡੇ ਕੋਲ ਸਟੇਜ ਤੇ ਆਵੇ ਉਹਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕਰਨਾ ਬਲਜੀਤ ਸੈਦੋ ਉਹ ਸਟੇਜ ਤੇ ਆਵੇ ਬਾਅਦ ਦੀ ਤਕੜਾ ਮੈਚ ਮੇਰੇ ਸ਼ੁਰੂ ਹੋਣ ਜਾ ਰਿਹਾ ਜਨਰ ਦੀ ਟੀਮ ਪੁੱਜਦੀ ਹੈ ਭੱਠੇ ਵਾਲੀ ਸਾਈਡ ਭਾਗ ਤੋਂ ਗਗਨ ਦੀ ਟੀਮ ਅੱਜ ਮੈਂ ਦੇਖਦਾ ਹੈ ਔਰ ਇੱਕ ਬੰਨੇ ਗਗਨ ਦੁਰਗੇ ਵਾਲੀ ਆ ਜਿਹੜੀ ਬਗੀਚੇ ਨਾਲ ਭਰਾਵਾਂ ਵਾਲਾ ਪਿਆਰ ਹੈ ਮਾਰ ਮਾਰ ਗੱਪਾਂ ਰਾਤਾਂ ਬੈਠ ਕੇ ਗੁਜ਼ਾਰੀਆਂ ਖੂਨ ਡੋਲ ਡੋਲ ਕੇ ਬਗਾਉਂਦੇ ਸੀਗੇ ਯਾਰੀਆਂ ਔਰ ਚੁੱਪ ਚੁੱਪ ਵਿੱਚ ਆ ਕੇ ਯਾਰ ਕਿਸੇ ਨਾਲ ਗਾਰ ਹੋਇਆ ਯਾਰ ਮਾਰ ਚੁੱਪ ਚੰਦਰੀ ਕਰੋੜਾ ਗਾਰਾ ਕਿ ਮੇਰੇ ਰਾਜਾ ਦਾ ਬਈਏ ਨਾ ਸੁਣੀਆਂ ਨਹੀਂ ਸਰਦਾਰਾ ਹਾਂਜੀ ਮੈਂ ਨੀਂਦਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਮੈਂ ਫਿਰ ਕੋਈ ਮਸਲਾ ਨਹੀਂ ਕਰਦੀ ਕੋਈ ਮਾਰ ਕਰ ਕੇ ਕਰਦੀ ਰੈਫਰੀ ਦਾ ਫੈਸਲਾ ਫਿਰ ਕੋਈ ਗੱਲ ਆਉਂਦਾ ਇਹ ਨਵੀਂ ਕਹਿੰਦੇ ਨਹੀਂ ਕਰਦਾ ਪਹਿਲੀ ਜਿਹੜੀ ਕਬੱਡੀ ਹੈ ਨਾਲ ਵਿਸ਼ੇਸ਼ ਤੌਰ ਤੇ ਵਧੀਆ ਹੋਇਆ ਬਿੱਲਾ ਜਗੜੇ ਦੀ ਧਰਤੀ ਦਾ ਇਹ
ਸਭਾ ਕਰੇਗਾ ਯੁਵਰਾਜ ਪੱਪੀ
ਮਿਲਾ ਦੇ ਕੋਈ ਚਾਰ ਵਾਰੇ ਪੁੱਤ ਇੱਕ ਵਾਰ ਆਉਣਾ ਹੋਊਗਾ। ਵਿਸ਼ਵੇਸ਼ ਮਿਲਾ ਦੇ ਕੋਈ ਚਾਰ ਵਾਰੇ ਪੁੱਤ ਇੱਕ ਵਾਰ ਆਉਣਾ ਹੋਊਗਾ। ਹਿੰਦੂ ਕੀਰਤਨ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੇ ਖੰਡੇ ਚਾਰ ਪਾਣੀ ਦੀ ਕੁੱਟ ਭਰੀ ਹੈ। ਆਹ ਸਾਹਮਣੇ ਦੇਖਦੇ ਹੈ ਵੀ ਗੁਰੂ ਵਾਂਗਰ ਗਗੜੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਇਹ ਰੋੜਿਆ ਤੋਂ ਯਾਦ ਵਾਂਗਰ ਰੋਟੀ ਚ ਵਾੜਦੀ ਪ੍ਰਵਾਸੀ ਪੰਜਾਬੀਆਂ ਨੇ ਕਰ ਫਿਰ ਇਹਦੀ ਕੁੜੀ ਅੰਦਰਾਂ ਜਗਾੜਦੀ ਸੁਖੀ ਸਾਦੀ ਵਾਂਗਰ ਪੰਜਾਬੀ ਦਲੇਰ ਵਾਲਿਆ ਰੱਖੀ ਤੂੰ ਕਬੱਡੀ ਉੱਤੇ ਫੇਰ ਵਾਲਿਆ ਰੱਖੀ ਤੂੰ ਕਬੱਡੀ ਉੱਤੇ ਫੇਰ ਵਾਲਿਆ ਬਾਬਾ ਇਸੇ ਦਾ ਆਪਣਾ ਹੱਥ ਰੱਖੇ ਦਾ ਖਿਡਾਰੀ ਦੇ ਸਿਰਾਂ ਦੇ ਉੱਪਰ। ਹੈਲੋ ਆ ਜਿਹੜੇ ਸਾਬਾ ਕਦੇ ਤਾਂ ਆਪਣੇ ਜੇਕਰ ਧਾਲੀ ਵਾਲ